सतनाम श्री वाहे गुरु साहिब जी। श्लोक दीन दर्द दुख भंजना घट घट नाथ अनाथ। शरण तुम्हारी आयो नानक के प्रभ साथ। अष्टपदी जह मात पिता सुत मीत ना पाई, मन ऊहा नाम तेरे संग सहाय। जह महाभयान दूत जम दलै, तह केवल नाम संग तेरे चलै। जह मुश्किल होवै अत भारी, हर को नाम खिन माहे उदारे। अनक पुनः चरण करत नहीं तरै, हर को नाम कोट पाप पर हरै। गुरमुख नाम जपो मन मेरे, नानक पावहु सुख कनेरे। श्लोक दीन दर्द दुख भंजना घट घट नाथ अनाथ। वाहिगुरु जी का खालसा, वाहिगुरु जी की फतेह। परम सन्मान योग सतगुरु महाराज दी साजी नवाजी हुई, गुरु खालसा सतसंग जीओ, सतगुरु ने अपार बख्शिश की साडे कलयुगी जीवां दे उदार वास्ते। जिथे आओ पावन दस गुरु सरूप धारण किते, उथे हमेशा लई सुरबत जीवां दी कल्याण वास्ते पावन अमृत रूप इलाही बाणी उचारण कीती। उस पावन अमृत रूप बाणी दी लड़ीवार कथा विचार आप संगतां सरवण कर रहे हो। पंचम पातशाह शहीदां दे सरताज शांति दे सोमे महान परोपकारी सतगुरु सुखमनी साहिब बाणी दे अंदर पावन पवित्र उपदेश बख्शिश कर रहे हैं। सुखमनी बाणी का सरलेख सतगुरु ने आप लिखा है। ठीक है, भावें मणियां तां होर भी हैं, कोई चिंता मणि भी है, होर मणियां भी हैं, पर यह सुख मणि सुखां दी मणि है। मणा मूं सुख देण वाली ये बाणी है। इस बाणी दा केंद्री सिद्धांत है सुख मणि सुख अमृत प्रभ नाम, भगत जना कै मन विश्राम। ये बाणी सुखां दी मणि है। इस बाणी दा मुख भाव यह है, अकाल पुरख वाहिगुरु दा अमृत रूप नाम ही सुखां दा समूह है, सब तो वड्डा सुख है। ये वसदा किथे है? भगत जना कै मन विश्राम। ये नाम बंदगी करन वाले, भगती करन वाले गुरमुखां दे महापुरखां दे मन विच वस रहा है। इसका मतलब यह है जे किसे ने उस नाम नू प्राप्त करना होवे तां उन्हां महापुरखां दी संगत विच जाना पवेगा। क्यों? जो जैसी संगत मिले सो तैसो फल खाए। जे आपां हीरे मोतियां दा व्यापार करना होवे
ਤਾਂ ਜੌਹਰੀਆਂ ਦੇ ਪਾਸ ਹੀ ਜਾਣਾ ਪਵੇਗਾ। ਜੇ ਸੋਨੇ ਦਾ ਵਪਾਰ ਕਰਨਾ ਹੋਵੇ ਤਾਂ ਸਵਰਣਕਾਰਾਂ ਦੀ ਸੁਨਿਆਰਿਆਂ ਦੀ ਮਾਰਕੀਟ ਵਿੱਚ ਹੀ ਜਾਣਾ ਪਵੇਗਾ। ਇਸੇ ਲਈ ਸਤਿਗੁਰੂ ਫਰਮਾਉਂਦੇ ਹਨ, ਜੇ ਅਸੀਂ ਨਾਮ ਦਾ ਸੌਦਾ ਖਰੀਦਣਾ ਹੈ ਤਾਂ ਉਹਨਾਂ ਮਹਾਂਪੁਰਖਾਂ ਦੇ ਪਾਸ ਹੀ ਜਾਣਾ ਪਵੇਗਾ ਜਿਹੜੇ ਇਸ ਨਾਮ ਦਾ ਵਪਾਰ ਕਰਦੇ ਹਨ। ਜਨ ਨਾਨਕ ਤੋੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੇ ਆਰੰਭ ਦੇ ਵਿੱਚ ਗੁਰੂਆਂ ਦੇ ਗੁਰੂ ਅਕਾਲ ਪੁਰਖ ਦਾ ਮੰਗਲਾਚਰਨ ਕੀਤਾ ਹੈ। ਉਸ ਤੋਂ ਬਾਅਦ ਸਿਮਰਨ ਦੀ ਮਹਿਮਾ ਮੁੱਖ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਪ੍ਰਗਟਾਈ ਹੈ ਅਤੇ ਹੁਣ ਦੂਜਾ ਸਲੋਕ ਆਰੰਭ ਹੋ ਰਿਹਾ ਹੈ। ਇਸ ਦੂਜੇ ਸਲੋਕ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ ਅਤੇ ਬਾਕੀ ਜਿਹੜੀ ਅਸ਼ਟਪਦੀ ਹੈ ਉਹਦੇ ਵਿੱਚ ਸਤਿਗੁਰੂ ਨੇ ਨਾਮ ਦੀ ਮਹਿਮਾ ਮੁੱਖ ਰੂਪ ਦੇ ਵਿੱਚ ਵਰਣਨ ਕੀਤੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿਵੇਂ ਅਸੀਂ ਅਰਦਾਸ ਬੇਨਤੀ ਕਰਨੀ ਹੈ, ਇਸ ਸੰਬੰਧ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਸੁੰਦਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਾਵਨ ਸ਼ਲੋਕ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੀਆਂ 24 ਅਸ਼ਟਪਦੀਆਂ ਲਿਖੀਆਂ ਹਨ। ਹਰ ਅਸ਼ਟਪਦੀ ਤੋਂ ਪਹਿਲਾਂ ਇੱਕ ਸ਼ਲੋਕ ਵੀ ਲਿਖਿਆ ਹੈ। ਉਸ ਸ਼ਲੋਕ ਦੇ ਅੰਦਰ ਮੁੱਖ ਸਿਧਾਂਤ ਹੁੰਦਾ ਹੈ, ਉਸੇ ਦੀ ਵਿਆਖਿਆ ਗਾਂ ਅਸ਼ਟਪਦੀ ਵਿੱਚ ਸਤਿਗੁਰੂ ਨੇ ਕੀਤੀ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹ ਬਾਣੀ ਜੋ ਸਾਡੇ ਸਵਾਸ ਸਵਾਸ ਨੂੰ ਸਫਲ ਕਰਦੀ ਹੈ, ਸੁਖਮਨੀ ਸਾਹਿਬ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਦੀਨ ਦਰ ਦੁੱਖ ਭੰਜਨਾ। ਹੇ ਵਾਹਿਗੁਰੂ, ਤੂੰ ਦੀਨਾਂ ਦੇ ਗਰੀਬਾਂ ਦੇ ਦੁੱਖ ਦਰਦਾਂ ਨੂੰ ਭੰਜਨਾ ਦਾ ਅਰਥ ਹੈ ਨਾਸ਼ ਕਰਨ ਵਾਲਾ ਹੈ। ਜਿੰਨੇ ਵੀ ਦੀਨਾਂ ਗਰੀਬਾਂ ਦੇ ਦੁੱਖ ਦਲਿੱਦਰ ਨੇ ਉਹਨਾਂ ਸਾਰਿਆਂ ਨੂੰ ਤੂੰ ਨਾਸ਼ ਕਰਦਾ ਹੈ। ਘਟ ਘਟ ਨਾਥ ਅਨਾਥ, ਹੇ ਵਾਹਿਗੁਰੂ ਜੀ, ਤੁਸੀਂ ਅਨਾਥਾਂ ਦੇ ਵੀ ਨਾਥ ਹੋ। ਅਨਾਥ ਕਹਿੰਦੇ ਨੇ ਜੋ ਬੇਸਹਾਰਾ ਹੋਵੇ, ਯਤੀਮ ਹੋਵੇ, ਲਾਵਾਰਸ ਹੋਵੇ, ਤੁਸੀਂ ਅਨਾਥਾਂ ਦੇ ਵੀ ਨਾਥ ਹੋ ਅਤੇ ਘਟਾਂ ਘਟਾਂ ਦੇ ਵਿੱਚ ਆਪ ਜੀ ਦਾ ਨਿਵਾਸ ਹੋ ਰਿਹਾ ਹੈ। ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਦਾਸ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ, ਨਾਨਕ ਕੇ ਪ੍ਰਭ ਸਾਥ, ਅਤੇ ਮਹਾਰਾਜ ਤੁਸੀਂ ਇਸ ਦਾਸ ਦੇ ਹਮੇਸ਼ਾ ਨਾਲ ਹੀ ਰਹੋ। ਇਹ ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਕਿਉਂਕਿ ਜਦੋਂ ਵਾਹਿਗੁਰੂ ਪਰਮੇਸ਼ਰ ਸਾਡਾ ਮਿੱਤਰ ਬਣ ਗਿਆ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਾਨਕੋ ਕਹੋ ਕਾਕੀ ਕਮੀਆਂ। ਜਿਨ੍ਹਾਂ ਦਾ ਮਿੱਤਰ ਵਾਹਿਗੁਰੂ ਪਰਮੇਸ਼ਰ ਬਣ ਜਾਵੇ ਫਿਰ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ। ਸਤਿਗੁਰੂ ਦੇ ਬਚਨ ਹਨ, ਕਹੋ ਨਾਨਕ ਜਿਨ ਠਾਕੁਰ ਪਾਇਆ, ਸਭ ਕੁਛ ਤਿਸ ਕੇ ਗ੍ਰਹਿ ਮੈਂ ਆਇਆ। ਜਦੋਂ ਵਾਹਿਗੁਰੂ ਹਮੇਸ਼ਾ ਸਾਡੇ ਨਾਲ ਰਹੇਗਾ, ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ, ਫਿਰ ਕਦੇ ਦੁੱਖ ਸਾਡੇ ਨੇੜੇ ਨਹੀਂ ਆ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਨਾਨਕ ਕੇ ਪ੍ਰਭ ਸਾਥ,
ਤੁਸੀਂ ਮਹਾਰਾਜ ਮੇਰੇ ਹਮੇਸ਼ਾ ਨਾਲ ਹੀ ਰਵੋ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ। ਲੋ ਹੁਣ ਅਸ਼ਟਪਦੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ ਕਿ ਐ ਮਨ ਜਿੱਥੇ ਮਾਤਾ ਪਿਤਾ ਪੁੱਤਰ ਮਿੱਤਰ ਅਤੇ ਭਰਾ ਇਹ ਵੀ ਸਾਡੀ ਸਹਾਇਤਾ ਨਹੀਂ ਕਰ ਸਕਦੇ। ਮਨ ਊਹਾ ਨਾਮ ਤੇਰੇ ਸੰਗ ਸਹਾਇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮਨ ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਮੇਸ਼ਾ ਤੇਰੇ ਨਾਲ ਹੋ ਕੇ ਸਹਾਈ ਮਦਦਗਾਰ ਹੋਵੇਗਾ, ਕਿਉਂਕਿ ਇਸ ਸੰਸਾਰ ਦੇ ਵਿੱਚ ਤਾਂ ਮਾਤਾ ਪਿਤਾ ਪੁੱਤਰ ਮਿੱਤਰ ਭਰਾ ਕੁਝ ਨਾ ਕੁਝ ਸਹਾਇਤਾ ਕਰ ਸਕਦੇ ਹਨ, ਪਰ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ। ਪਰ ਵਾਹਿਗੁਰੂ ਉੱਥੇ ਵੀ ਸਾਡੀ ਰੱਖਿਆ ਕਰਦਾ ਹੈ ਜਿੱਥੇ ਹੋਰ ਕੋਈ ਕਰ ਵੀ ਨਹੀਂ ਸਕਦਾ। ਉਹ ਕਿਹੜੀ ਜਗ੍ਹਾ ਹੈ ਜਿੱਥੇ ਹੋਰ ਕੋਈ ਸਾਡੀ ਸਹਾਇਤਾ ਜਾਂ ਰੱਖਿਆ ਨਹੀਂ ਕਰ ਸਕਦਾ? ਇੱਕ ਤਾਂ ਮਾਤਾ ਦਾ ਗਰਭ ਦਾ ਸਮਾਂ ਹੁੰਦਾ, ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਉੱਥੇ ਸਿਵਾਏ ਅਕਾਲ ਪੁਰਖ ਤੋਂ ਸਾਡੀ ਕੋਈ ਰੱਖਿਆ ਨਹੀਂ ਕਰ ਸਕਦਾ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ। ਦੂਸਰਾ ਉਹ ਇੱਕ ਅਸਥਾਨ ਹੈ ਜਿੱਥੇ ਕੋਈ ਸਾਡਾ ਰਖਵਾਲਾ ਨਹੀਂ ਬਣ ਸਕਦਾ ਜਦੋਂ ਅਸੀਂ ਇਸ ਦੁਨੀਆਂ ਨੂੰ ਛੱਡ ਕੇ ਪ੍ਰਲੋਕ ਵਿੱਚ ਜਾਂਦੇ ਹਾਂ। ਉੱਥੇ ਵੀ ਕੋਈ ਸਾਡੀ ਸਹਾਇਤਾ ਨਹੀਂ ਕਰ ਸਕਦਾ, ਪਰ ਸਤਿਗੁਰੂ ਕਹਿੰਦੇ ਨੇ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀਂ। ਸੁਣ ਕੇ ਜਮ ਕੇ ਦੂਤ ਨਾਹੀਂ ਤੇਰਾ ਛੱਡ ਜਾਹੀਂ। ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਾਂ ਉਹ ਨਾਮ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ। ਸਤਿਗੁਰੂ ਦੇ ਬਚਨ ਹੈ ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ 'ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਰੇਰੇ ਦਰਗ ਹੈ ਕਹਿ ਨਾ ਕੋ ਆਓ ਬੈਠ ਆਦਰ ਸ਼ੁਭ ਦਿਉ। ਇਹ ਨਾਮ ਦੀ ਮਹਿਮਾ ਹੈ। ਹਜ਼ੂਰ ਕਹਿੰਦੇ ਨੇ ਜਿੱਥੇ ਮਾਤਾ ਪਿਤਾ ਪੁੱਤਰ ਮਿੱਤਰ ਅਤੇ ਭਰਾ ਵੀ ਸਾਡੀ ਸਹਾਇਤਾ ਨਹੀਂ ਕਰ ਸਕਦੇ, ਐ ਮਨਾ ਉੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇਰੇ ਨਾਲ ਅੰਗ ਸੰਗ ਹੋ ਕੇ ਸਹਾਈ ਹੋਵੇਗਾ। ਜਹ ਮਹਾ ਭਿਆਨ ਦੂਤ ਜਮ ਦਲੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੱਥੇ ਅੱਗੇ ਪਰਲੋਕ ਦੇ ਵਿੱਚ ਬਹੁਤ ਭਿਆਨਕ ਜਮ ਦੂਤਾਂ ਦਾ ਦਲ ਸਾਨੂੰ ਘੇਰੇਗਾ, ਕਿਉਂਕਿ ਇਹ ਤਾਂ ਗੱਲ ਸਪਸ਼ਟ ਹੀ ਹੈ ਜਦੋਂ ਕੋਈ ਪਾਪੀ ਮਨੁੱਖ ਮਰਦਾ ਹੈ ਤਾਂ ਉਸਨੂੰ ਜਮ ਦੂਤ ਲੈਣ ਵਾਸਤੇ ਆਉਂਦੇ ਨੇ। ਹਜ਼ੂਰ ਕਹਿੰਦੇ ਨੇ ਜਿੱਥੇ ਪਰਲੋਕ ਦੇ ਰਸਤੇ ਵਿੱਚ ਬਹੁਤ ਭਿਆਨਕ ਜਮਦੂਤਾਂ ਦਾ ਦਲ ਤੈਨੂੰ ਘੇਰਾ ਪਾਵੇਗਾ। ਤਹਿ ਕੇਵਲ ਨਾਮ ਸੰਗ ਤੇਰੇ ਚੱਲੈ। ਉੱਥੇ ਕਿਸੇ ਹੋਰ ਸੰਗੀ ਸਾਥੀ ਨੇ ਸਾਡੀ ਸਹਾਇਤਾ ਨਹੀਂ ਕਰਨੀ, ਉੱਥੇ ਕੇਵਲ ਤਾਂ ਕੇਵਲ ਭਾਵ ਨਰੋਲ ਇੱਕ ਨਾਮ ਹੀ ਤੇਰੇ ਨਾਲ ਜਾਵੇਗਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੱਚਾ ਮਿੱਤਰ ਹੈ, ਲੋਕ ਅਤੇ ਪ੍ਰਲੋਕ ਦਾ ਸਹਾਇਕ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਜਹਿ ਮੁਸ਼ਕਲ ਹੋਵੇ ਅਤ ਭਾਰੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ ਜਿੱਥੇ ਅੱਗੇ ਪ੍ਰਲੋਕ ਦੇ ਰਸਤੇ ਦੇ ਵਿੱਚ ਤੇਰੇ ਲਈ ਅਤ ਭਾਰੀ ਅਤਸ਼ਾ ਕਰਕੇ ਬਹੁਤ ਭਾਰੀ ਮੁਸ਼ਕਲ ਆਵੇਗੀ, ਭਾਵ ਤੇਰੇ ਤੇ ਬਹੁਤ ਵੱਡੀ ਮੁਸੀਬਤ ਕੋਈ ਆਪਦਾ ਆਵੇਗੀ। ਹਰ ਕੋ ਨਾਮ ਖਿਨ ਮਾਹੇ ਉਧਾਰੇ। ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੱਕ ਖਿਨ ਦੇ ਵਿੱਚ ਹੀ ਤੇਰਾ ਉਧਾਰ ਕਰ ਦੇਵੇਗਾ। ਇਹ ਨਾਮ ਦੀ ਮਹਿਮਾ ਹੈ, ਨਾਮ ਦੀ ਸ਼ਕਤੀ ਹੈ। ਜਦੋਂ ਅੱਗੇ ਪ੍ਰਲੋਕ ਦੇ ਰਸਤੇ ਵਿੱਚ ਕੋਈ ਬਹੁਤ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉੱਥੇ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸਾਨੂੰ ਉਸ ਵੇਲੇ ਉਸ ਮੁਸ਼ਕਲ ਤੋਂ ਬਚਾ ਸਕਦਾ ਹੈ। ਅਨਕ ਪੁਨਹ ਚਰਨ ਕਰਤ ਨਹੀਂ ਤਰੈ। ਲੋਇ ਪੁਨਹ ਚਰਨ ਸ਼ਬਦ ਇਕੱਠਾ ਹੈ, ਪੁਨਹ ਚਰਨ ਦਾ ਅਰਥ ਹੈ ਪ੍ਰਾਸ਼ਚਿਤ ਕਰਮ। ਅਨਕ ਪੁਨਹ ਚਰਨ ਕਰਤ ਨਹੀਂ ਤਰੈ,
ਜਿਹੜਾ ਕਰਮ ਸ਼ਾਸਤਰ ਹੈ ਉਹਦੇ ਵਿੱਚ ਇੱਕ ਪ੍ਰਾਸ਼ਚਿਤ ਕਰਮ ਲਿਖਿਆ ਹੋਇਆ ਹੈ। ਪ੍ਰਾਸ਼ਚਿਤ ਕਰਮ ਉਸਨੂੰ ਕਹਿੰਦੇ ਨੇ ਜੋ ਕੀਤੇ ਹੋਏ ਪਾਪਾਂ ਦੀ ਨਿਵਿਰਤੀ ਲੂਕੀ ਕੰਮ ਕੀਤਾ ਜਾਵੇ। ਹਜ਼ੂਰ ਕਹਿੰਦੇ ਨੇ ਅੱਗੇ ਪਰਲੋਕ ਦੇ ਰਸਤੇ ਦੇ ਵਿੱਚ ਅਣਖ ਪੁਨਹ ਚਰਨ ਕਰਤ, ਚਾਹੇ ਕੋਈ ਅਨੇਕਾਂ ਹੀ ਪ੍ਰਾਸ਼ਚਿਤ ਕਰਮ ਕਰੀ ਜਾਵੇ ਨਹੀਂ ਤਰੇ, ਪਰ ਉਹ ਅੱਗੇ ਜਾ ਕੇ ਪਾਪ ਸਾਗਰ ਤੋਂ ਨਹੀਂ ਤਰ ਸਕਦਾ, ਕਿਉਂਕਿ ਅੱਗੇ ਵੀ ਇੱਕ ਸਮੁੰਦਰ ਆਉਂਦਾ ਹੈ ਜਿਸ ਦਾ 10,000 ਯੋਜਨ ਵਿਸਤਾਰ ਲਿਖਿਆ ਹੋਇਆ ਹੈ। ਉਸਨੂੰ ਬੈਤਰਨੀ ਨਦੀ ਵੀ ਕਹਿੰਦੇ ਨੇ। ਅਤੇ ਬਾਬਾ ਫਰੀਦ ਜੀ ਨੇ ਪੁਰ ਸਲਾਤ ਕਾ ਪੰਥ ਦੁਹੇਲਾ ਸੰਘਨਾ ਸਾਥੀ ਗਵਨ ਅਕੀਲਾ ਇਹਨਾਂ ਬਚਨਾਂ ਦੁਆਰਾ ਉਸਦਾ ਸੰਕੇਤ ਦਿੱਤਾ ਹੈ। ਹਜ਼ੂਰ ਕਹਿੰਦੇ ਨੇ ਅਨੇਕਾਂ ਪ੍ਰਾਸ਼ਚਿਤ ਕਰਮ ਕਰਕੇ ਜਿੱਥੇ ਅੱਗੇ ਬੈਤਰਨੀ ਨਦੀ ਨੂੰ ਅਥਵਾ ਉਸ ਅੱਗ ਦੇ ਸਮੁੰਦਰ ਨੂੰ ਨਹੀਂ ਤਰਿਆ ਜਾਵੇਗਾ। ਹਰ ਕੋ ਨਾਮ ਕੋਟ ਪਾਪ ਪਰ ਹਰੈ, ਲੋ ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਹਾਈ ਹੋਵੇਗਾ ਜੋ ਕਰੋੜਾਂ ਹੀ ਪਾਪਾਂ ਨੂੰ ਪਰਹਰੈ ਦਾ ਅਰਥ ਨਾਸ਼ ਕਰਦਾ ਹੈ। ਗੁਰਮੁਖ ਨਾਮ ਜਪਹੋ ਮਨ ਮੇਰੇ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸਿੱਖਿਆ ਦਿੰਦੇ ਹਨ ਕਿ ਐ ਮੇਰੇ ਮਨ, ਤੂੰ ਗੁਰਮੁਖ ਬਣ ਕੇ ਭਾਵ ਗੁਰੂ ਵਾਲਾ ਹੋ ਕੇ ਗੁਰੂ ਦੇ ਸਨਮੁਖ ਹੋ ਕੇ ਨਾਮ ਜਪ, ਕਿਉਂਕਿ ਕਈ ਵਾਰੀ ਆਦਮੀ ਭੁਲੇਖੇ ਵਿੱਚ ਵੀ ਪੈ ਜਾਂਦਾ ਹੈ ਬਈ ਚਲੋ ਠੀਕ ਹੈ, ਨਾਮ ਨੇ ਕਲਿਆਣ ਕਰਨੀ ਹੈ, ਚਲੋ ਨਾਮ ਜਪ ਲੈਣਾ ਚਾਹੀਦਾ। ਪਰ ਸਤਿਗੁਰੂ ਕਹਿੰਦੇ ਨੇ ਆਪਣੇ ਆਪ ਨਾਮ ਜਪ ਕੇ ਤੁਹਾਨੂੰ ਪੂਰਨ ਲਾਭ ਨਹੀਂ ਪ੍ਰਾਪਤ ਹੋ ਸਕਦਾ। ਜਿਵੇਂ ਕੋਈ ਵਿਦਿਆਰਥੀ ਆਪਣੇ ਆਪ ਹੀ ਕੋਈ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕਰੇ, ਪੜ੍ਹਾਈ ਪੜ੍ਹਨ ਦੀ ਕੋਸ਼ਿਸ਼ ਕਰੇ, ਆਪਣੇ ਆਪ ਕੋਈ ਬੱਚਾ ਕੋਈ ਵਿਦਿਆਰਥੀ ਪੜ੍ਹਾਈ ਕਰਕੇ ਕਾਮਯਾਬੀ ਹਾਸਲ ਨਹੀਂ ਕਰ ਸਕਦਾ। ਟੀਚਰ ਕੋਲੋਂ ਪੜ੍ਹਨਾ ਪੈਂਦਾ, ਮੁਰਸ਼ਦ ਕੋਲੋਂ ਪੜ੍ਹਨਾ ਪੈਂਦਾ, ਉਸਤਾਦ ਕੋਲੋਂ ਪੜ੍ਹਨਾ ਪੈਂਦਾ, ਫਿਰ ਅਸਲੀ ਵਿੱਦਿਆ ਦੇ ਵਿੱਚ ਨਿਪੁੰਨਤਾ ਹਾਸਲ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰਮੁਖ ਨਾਮ ਜਪਹੋ ਮਨ ਮੇਰੇ, ਐ ਮੇਰੇ ਮਨ, ਤੂੰ ਗੁਰਮੁਖ ਬਣ ਕੇ ਗੁਰੂ ਵਾਲਾ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਜਪ, ਇਹਦਾ ਫਲ ਕੀ ਹੋਵੇਗਾ। ਨਾਨਕ ਪਾਵਹੋ ਸੂਖ ਕਨੇਰੇ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਾ, ਫਿਰ ਤੂੰ ਕਨੇਰੇ ਦਾ ਅਰਥ ਹੈ ਬਹੁਤੇ ਸੁੱਖ ਪ੍ਰਾਪਤ ਕਰ ਲਵੇਂਗਾ। ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਵਾਹਿਗੁਰੂ ਦਾ ਨਾਮ ਜਪ ਕੇ ਲੋਕ ਦੇ ਸੁੱਖ, ਪਰਲੋਕ ਦੇ ਸੁੱਖ, ਆਤਮਕ ਸੁੱਖ, ਸੰਸਾਰਕ ਸੁੱਖ ਸਾਰੇ ਮਿਲ ਜਾਂਦੇ ਹਨ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਜੀ ਪੌੜੀ ਵਿੱਚ ਸਿੱਖਿਆ ਦਿੰਦੇ ਹਨ। ਇਹ ਮਨਾ ਸਾਰੀ ਸ੍ਰਿਸ਼ਟੀ ਦਾ ਵੀ ਭਾਵੇਂ ਕੋਈ ਰਾਜਾ ਬਣ ਜਾਵੇ, ਪਰ ਅਕਸਰ ਮਾਨਸਿਕ ਤੌਰ 'ਤੇ ਉਹ ਵੀ ਤਾਂ ਦੁਖੀ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਹੁਤ ਸੁੰਦਰ ਬਚਨ ਲਿਖਿਆ ਹੈ। ਜਿਹੜੇ ਮਾਇਆਧਾਰੀ ਲੋਕ ਨੇ, ਬੜੇ ਬੜੇ ਜੋ ਦੀਸਹਿ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ, ਉਹਨਾਂ ਨੂੰ ਚਿੰਤਾ ਦਾ ਰੋਗ ਜੋ ਇੱਕ ਮਾਨਸਿਕ ਰੋਗ ਹੈ ਮਾਇਆਧਾਰੀਆਂ ਨੂੰ ਵਧੇਰੇ ਚਿੰਬੜਦਾ ਹੈ। ਜਿਸ ਗ੍ਰਹਿ ਬਹੁਤ ਤਿਸਹਿ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੋਹ ਬਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾਲੀਏ। ਗਰੀਬ ਉਹ ਵੀ ਰੋਂਦਾ ਹੈ, ਮਾਇਆਧਾਰੀ ਚਿੰਤਾ ਦੇ ਵਿੱਚ ਗ੍ਰਸਿਆ ਰਹਿੰਦਾ, ਜਿਹੜਾ ਇਹਨਾਂ ਦੋਹਾਂ ਦੇ ਪ੍ਰਭਾਵ ਤੋਂ ਮੁਕਤ ਹੋ ਜਾਵੇ, ਜਿਹਨੂੰ ਨਾ ਮਾਇਆ ਦੀ ਤ੍ਰਿਸ਼ਨਾ ਹੈ ਅਤੇ ਨਾ ਹੀ ਜਿਸਨੂੰ ਗਰੀਬੀ ਦਾ ਕੋਈ ਦੁੱਖ ਹੈ, ਹਜ਼ੂਰ ਕਹਿੰਦੇ ਨੇ ਉਹ ਆਦਮੀ ਸੁਖੀ ਹੋ ਸਕਦਾ ਹੈ। ਸੰਤੋਖੀ ਆਦਮੀ ਹੀ ਸੁੱਖ ਪ੍ਰਾਪਤ ਕਰ ਸਕਦਾ ਹੈ। ਤ੍ਰਿਸ਼ਨਾਲੂ ਆਦਮੀ ਚਾਹੇ ਕਿੰਨੀ ਵੀ ਮਾਇਆ ਇਕੱਠੀ ਕਰ ਲਵੇ, ਉਹਦਾ ਮਨ ਨਹੀਂ ਕਦੀ ਸ਼ਾਂਤ ਹੋ ਸਕਦਾ। ਇਸੇ ਲਈ ਤਾਂ ਸਤਿਗੁਰੂ ਨੇ ਮਾਇਆਧਾਰੀਆਂ ਦੀ ਹਾਲਤ ਬਾਣੀ ਵਿੱਚ ਲਿਖੀ ਹੈ, ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਮਾਇਆਧਾਰੀ ਦੇਖਣ ਵਾਸਤੇ ਲੋਕਾਂ ਨੂੰ ਸੁਖੀ ਪ੍ਰਤੀਤ ਜ਼ਰੂਰ ਹੁੰਦਾ ਹੈ, ਕਿਉਂਕਿ ਉਹਦੇ ਕੋਲ ਸੁੱਖ ਦੇ ਸਾਧਨ ਵਧੇਰੇ ਹੁੰਦੇ ਨੇ। ਆਪਾਂ ਸੁੱਖ ਦੇ ਸਾਧਨਾਂ ਨੂੰ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਲਾਉਂਦੇ ਹਾਂ ਵੀ ਇਹ ਆਦਮੀ ਬੜਾ ਸੁਖੀ ਹੋਵੇਗਾ, ਪਰ ਸਤਿਗੁਰੂ ਕਹਿੰਦੇ ਨਹੀਂ, ਇਹ ਤਾਂ ਇੱਕ ਸੁੱਖ ਦਾ ਉੱਤੇ ਉਹਨਾਂ ਨੇ ਪਾਜ ਹੀ
एक मुलम्मा ही उत्ते सिहड़िया होया है। अंदरों तो मन उन्हों का भी दुखी ही रहिंदा है, अंतर चिंता, क्योंकि अंदर चिंता हुंदी है, चिंता दे नाल उन्हों का मस्तक ते उन्हों का दिल दिमाग हमेशा ले स्ट्रैस विच रहिंदा है। इसलिए साहिब सतगुरु सच्चे पातशाह सानू समझाउंदे ने भी सुखी तो नाम जप के ही होया जा सकदा है, भावें कोई सारी सृष्टि का राजा होवे पर अक्सर वह भी दुखी हुंदा है। हर का नाम जप तो होए सुखिया। हाँ, जे वह भी वाहिगुरु परमेश्वर का नाम जप लवे तो वह भी सुखी हो सकता है। इहदा मतलब यह है जदों कोई गरीब आदमी अपने दुख नूं अनुभव करता है वह सोचता भी राजे सुखी होणगे, पर सतगुरु कहिंदे नहीं, भावें सारी सृष्टि का राजा भी क्यों ना होवे पर आत्मक तौर पर वह दुखी हुंदा है, अशांत हुंदा है। हजूर कहिंदे ने जे वह भी नाम जपे तो उन्हों भी आत्मक सुख प्राप्त हो सकता है। लाख करोरी बंधन पर लोहन साहिब सतगुरु सच्चे पातशाह फरमाते ने भी इस जीव को संसार दे विच आउण दे नाल लखां करोड़ां ही मोह माया दे वाशनावां दे बंधन पैंदे हन। हर का नाम जपत निस्तरै ते जदों ये वाहिगुरु परमेश्वर का नाम जपण लग पैंदा है निस्तरै, ये निस्परपंच तों तर जांदा है। जिहड़े नवें विद्वान ने उन्हां ने इस पाठ नूं लाख करोरी बंध ना पर ये नन्ने नूं वखरा कीता है। उन्हां दा मत ये है भी जिहड़ा बंध धद्दे नूं औंकड़ लग्या होया है, इसलिए ये पाठ बंधन कट्ठा हो नहीं सकता, तो इसलिए नन्ना वखरा ही करना चाहीदा है। पर इत्थे महापुरख एक ये विचार दसदे सन भी जिहड़ी ये सतगुरु की बाणी है ये तुरकी बाणी है, ये अपने आप दे विच सुतंत्र है, इहदे उत्ते कोई मनुख दा बनाया होया पिंगल दा निजम ठोसिया नहीं जा सकता। हाँ, जे किते सुते सिद्ध कोई वह निजम घटदा है उसनों घटा लेना कोई हर्ज भी नहीं है। हाँ, मल्लों मल्ली गुरबाणी दे उत्ते कोई व्याकरण दे निजमां नूं ठोसना ते वह भी मनुखी व्याकरण दे निजमां नूं, ये गुरबाणी दा एक तरह दा अपमान हुंदा है। सो रो विचार जिहड़े नवें विद्वान ने फिर वह इस पाठ नूं बंद ना परे इउं करदे ने, इहदा अर्थ फिर उन्होंने इउं लिखिया है लाख करोरी बंद ना परे, भी ये मनुख चाहे लखां करोड़ां रुपए भी इकट्ठे कर लवे बंद ना परे, पर जो अंदरों तृष्णा है सहस कटे लख को उठतावै तृप्त न आवै माया पाछै पावै, उन्हों बंद का अर्थ है भी ठल नहीं पै सकता, उन्हों बन नहीं पै सकता। हाँ, जदों ये मनुख वाहिगुरु का नाम जपदा है ये नाल उस माया की नदी तो उस आशा की नदी तो ये निस्तरै निसविशेष करके तर जाता है, इस तरह अर्थ किया है। जा कुछ होर विद्वाना ने एक होर ढंग दे नाल भी इन पंक्तियों का अर्थ किया है, लाख करोरी बंद ना परे, लखां करोड़ां यतन करन दे बावजूद भी बंद ना परे, भी इस मन नूं, क्योंकि मन चंचल है, इस मन नूं ठल नहीं पैंदा, ये मन अपनी मर्जी नाल ही इधर उधर दौड़िया फिरदा है। पर हजूर कहिंदे हर का नाम जपत, पर जदों ये मन साडा वाहिगुरु दे नाम नूं जपण लग पवे निस्तरै, ये निस्परपंच तों तर सकदा है। अनक माया रंग तिख ना बुझावै। लो, हजूर कहिंदे ने माया दे अनेका रंग ने, माया व्यापक बहु प्रकारी, संत जीवै प्राण आधारी। हजूर कहिंदे ने जिथे अनेका माया दे रंग साडे मन दी त्रिखा नूं मन दी प्यास नूं नहीं बुझा सकदे, हर का नाम जपत आगावै, उथे साडा मन वाहिगुरु दे नाम नूं जप के आगावै तृप्त हो सकदा है, क्योंकि सतगुरु दे बचन बिखिया मैं किन्ही तृप्त न पाई, ज्यों पावक ईंधन नहीं तरापै बिन हर कहां अगाई। ए तृष्णा जड़ी है ना, ये अग वांग है,
ਜਿਵੇਂ ਅੱਗ ਨੂੰ ਇੰਧਨ ਦੇ ਨਾਲ ਕਦੇ ਵੀ ਸ਼ਾਂਤ ਨਹੀਂ ਕੀਤਾ ਜਾ ਸਕਦਾ, ਅੱਗ 'ਤੇ ਪਾਣੀ ਪਾਓ ਤਾਂ ਹੀ ਬੁਝਦੀ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਅਨੇਕਾਂ ਮਾਇਆ ਦੇ ਰੰਗ ਨੇ ਸਾਡੀ ਅੰਦਰਲੀ ਪਿਆਸ ਨੂੰ ਨਹੀਂ ਬੁਝਾ ਸਕਦੇ। ਹਾਂ, ਜਦੋਂ ਅਸੀਂ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਜਲ ਇਸ ਉੱਤੇ ਪਾ ਦੇਈਏ ਤਾਂ ਫਿਰ ਇਹ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਅਤੇ ਮਨ ਰੱਜਦਾ ਹੈ। ਜਿਹੇ ਮਾਰਗ ਇਹੋ ਜਾਤ ਇਕੇਲਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਸ ਜਮਾਂ ਦੇ ਰਸਤੇ ਵਿੱਚ ਭਾਵ ਪਰਲੋਕ ਦੇ ਰਸਤੇ ਵਿੱਚ ਇਹ ਜੀਵ ਬਿਲਕੁਲ ਇਕੱਲਾ ਹੀ ਜਾਂਦਾ ਹੈ। ਤਹਿ ਹਰ ਨਾਮ ਸੰਗ ਹੋਤ ਸੁਹੇਲਾ, ਤੇ ਬਈ ਉੱਥੇ ਵਾਹਿਗੁਰੂ ਪਰਮੇਸ਼ਰ ਦਾ ਜੇ ਨਾਮ ਇਸ ਦੇ ਕੋਲ ਹੋਵੇ ਨਾ, ਹੋਤ ਸੁਹੇਲਾ, ਫਿਰ ਉੱਥੇ ਵੀ ਇਹ ਸੁਖੀ ਹੋ ਸਕਦਾ ਹੈ। ਕਿਉਂਕਿ ਹੋਰ ਤਾਂ ਕੋਈ ਵਸਤੂ ਅੱਗੇ ਜਾਂਦੀ ਹੀ ਨਹੀਂ ਹੈ। ਜਿੱਥੋਂ ਤੱਕ ਹੋਰ ਧਰਮ ਕਰਮਾਂ ਦਾ ਸਵਾਲ ਹੈ, ਹਜ਼ੂਰ ਨੇ ਬਾਣੀ ਵਿੱਚ ਫੈਸਲਾ ਕਰ ਦਿੱਤਾ, ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿੰਨ ਜਮਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵਹ ਕਰਤੇ ਕਾ, ਨਿਮਕ ਸਿਮਰਤ ਜਦ ਛੂਟੈ। ਜਿਹੜੇ ਹੋਰ ਧਰਮ ਕਰਮ ਪੁੰਨ ਦਾਨ ਨੇ, ਸਕਾਮ ਕਰਮ, ਉਹ ਤਾਂ ਰਸਤੇ ਵਿੱਚ ਹੀ ਲੁੱਟੇ ਜਾਂਦੇ ਨੇ, ਜਮਜਾ ਗਾਤੀਏ ਉਹਨਾਂ ਨੂੰ ਲੁੱਟ ਲੈਂਦੇ ਨੇ। ਅੱਗੇ ਨਾਲ ਜਾਣ ਵਾਲਾ ਤਾਂ ਪਰਮੇਸ਼ਰ ਦਾ ਨਾਮ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਰਸਤੇ ਵਿੱਚ ਇਹ ਜੀਵ ਬਿਲਕੁਲ ਇਕੱਲਾ ਹੀ ਹੁੰਦਾ ਹੈ, ਸਰੀਰ ਵੀ ਇਸ ਦਾ ਨਾਲ ਨਹੀਂ ਹੁੰਦਾ, ਕੇਵਲ ਆਤਮਾ ਹੁੰਦੀ ਹੈ। ਤਹਿ ਹਰ ਨਾਮ ਸੰਗ ਹੋਤ ਸੁਹੇਲਾ, ਜੇ ਉੱਥੇ ਵਾਹਿਗੁਰੂ ਦਾ ਨਾਮ ਜੀਵ ਦੇ ਨਾਲ ਹੋਵੇ ਤਾਂ ਅੱਗੇ ਪ੍ਰਲੋਕ ਦੇ ਰਸਤੇ ਵਿੱਚ ਵੀ ਜੀਵ ਸੁਖੀ ਹੋ ਸਕਦਾ ਹੈ। ਐਸਾ ਨਾਮ ਮਨ ਸਦਾ ਧਿਆਈ ਹੈ, ਇਹ ਮਨ ਨੂੰ ਸਿੱਖਿਆ ਹੈ ਨਾ। ਇੱਕ ਗੱਲ ਇਹ ਵੀ ਚੇਤੇ ਰੱਖਣੀ ਚਾਹੀਦੀ ਹੈ, ਜਿਹੜਾ ਰਸਨਾ ਤੋਂ ਨਾਮ ਜਪਿਆ ਹੈ ਉਹਦਾ ਸੰਬੰਧ ਸਰੀਰ ਦੇ ਨਾਲ ਹੈ, ਅਤੇ ਜਿਹੜਾ ਅਸੀਂ ਮਨ ਦੁਆਰਾ ਜਪਦੇ ਹਾਂ ਨਾ, ਉਹ ਅੱਗੇ ਨਾਲ ਜਾਂਦਾ, ਕਿਉਂਕਿ ਮਨ ਨੇ ਅੱਗੇ ਜਾਣਾ, ਤਨ ਨੇ ਇੱਥੇ ਰਹਿ ਜਾਣਾ। ਇਸੇ ਲਈ ਸਤਿਗੁਰੂ ਵਾਰ ਵਾਰ ਸਾਨੂੰ ਇਹ ਸਿੱਖਿਆ ਦਿੰਦੇ ਨੇ। ਸਤਿਗੁਰੂ ਕਹਿੰਦੇ ਨੇ ਐਸਾ ਨਾਮ ਮਨ ਸਦਾ ਤੇ ਆਈ ਹੈ, ਕਹਿੰਦੇ ਮਨ ਨੂੰ ਕਹਿੰਦੇ ਨੇ, ਇਹ ਨਾ ਹੋਵੇ ਸਾਡੇ ਹੱਥ ਵਿੱਚ ਹੀ ਮਾਲਾ ਫੜੀ ਹੋਵੇ, ਰਸਨਾ ਹੀ ਬਸ ਨਾਮ ਜਪਦੀ ਹੋਵੇ। ਉਹ ਕਿਸੇ ਕਵੀ ਨੇ ਲਿਖਿਆ ਹੈ, ਮਾਲਾ ਫਿਰਤੀ ਹਾਥ ਮੇਂ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਿਹੈ ਭਜਨ ਕਸ਼ ਨਾਹੀਂ। ਇਹਦਾ ਨਾਮ ਤਾਂ ਭਜਨ ਨਹੀਂ ਹੈ, ਹੱਥ ਵਿੱਚ ਮਾਲਾ ਫੇਰੀ ਜਾਂਦੇ ਹਾਂ ਅਤੇ ਰਸਨਾ ਤੋਂ ਰਾਮ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਵੀ ਜਪੀ ਜਾਂਦੇ ਹਾਂ, ਪਰ ਜੇ ਮਨ ਕਿਸੇ ਹੋਰ ਪਾਸੇ ਦੌੜਿਆ ਫਿਰਦਾ ਨਾ, ਤਾਂ ਫਿਰ ਉਹ ਗੱਲ ਨਹੀਂ ਬਣੇਗੀ, ਉਸ ਨਾਮ ਨੇ ਅੱਗੇ ਨਹੀਂ ਸਹਾਇਤਾ ਕਰਨੀ। ਉਹ ਨਾਮ ਤਾਂ ਇੱਕ ਇੱਥੇ ਦੁਨੀਆ ਦੇ ਦਿਖਾਵੇ ਮਾਤਰ ਹੀ ਸਾਬਤ ਹੋ ਜਾਂਦਾ। ਹਾਂ, ਜਦੋਂ ਮਨ ਦੇ ਨਾਲ ਨਾਮ ਜਪਾਂਗੇ, ਐਸਾ ਨਾਮ ਮਨ ਸਦਾ ਧਿਆਈਏ, ਜਿਹੜਾ ਮਨ ਦੇ ਨਾਲ ਜਪਿਆ ਹੋਇਆ ਨਾਮ ਹੈ, ਉਹਨੇ ਇਸ ਮਨ ਦੇ ਨਾਲ ਅੱਗੇ ਵੀ ਜਾਣਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਿ ਇਹ ਮਨ ਐਸਾ ਵਾਹਿਗੁਰੂ ਦਾ ਨਾਮ ਸੱਚਾ ਮਿੱਤਰ ਹੈ, ਲੋਕ ਅਤੇ ਪ੍ਰਲੋਕ ਦਾ ਸਹਾਈ ਹੈ, ਇਹਨੂੰ ਹਮੇਸ਼ਾ ਧਿਆਉਣਾ ਚਾਹੀਦਾ ਹੈ। ਨਾਨਕ ਗੁਰਮੁਖ ਪਰਮ ਗਤ ਪਾਈ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਵਾਹਿਗੁਰੂ ਦਾ ਨਾਮ ਗੁਰਮੁਖ ਬਣ ਕੇ ਜਪਣਾ ਚਾਹੀਦਾ, ਗੁਰੂ ਵਾਲੇ ਹੋ ਕੇ ਜਪਣਾ ਚਾਹੀਦਾ ਹੈ। ਪਹਿਲਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੋ, ਜੋ ਪੰਜਾਂ ਪਿਆਰਿਆਂ ਤੋਂ ਗੁਰਮਤ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਫਿਰ ਉਹਨੂੰ ਪਹਿਲਾਂ ਰਸਨਾ ਤੋਂ ਜਪੋ, ਫਿਰ ਸਵਾਸਾਂ ਦੇ ਨਾਲ ਅਤੇ ਮਨ ਦੁਆਰਾ ਵਾਹਿਗੁਰੂ ਦਾ ਸਿਮਰਨ ਕਰੋ। ਹਜ਼ੂਰ ਕਹਿੰਦੇ ਨੇ ਨਾਨਕ ਗੁਰਮੁਖ ਪਰਮਗਤ ਪਾਈਏ, ਜਦੋਂ ਅਸੀਂ ਗੁਰਮੁਖ ਬਣ ਕੇ ਵਾਹਿਗੁਰੂ ਦੇ ਨਾਮ ਨੂੰ ਜਪਾਂਗੇ, ਫਿਰ ਪਰਮਗਤੀ ਕੇਵਲ ਮੁਕਤੀ ਤੁਰੀਆ ਪਦਵੀ ਪ੍ਰਾਪਤ ਹੋ ਜਾਵੇਗੀ। ਛੂਟਤ ਨਹੀਂ ਕੋਟ ਲੱਖ ਬਾਹੀ, ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿੱਥੇ ਕਰੋੜਾਂ ਅਤੇ ਲੱਖਾਂ ਬਾਹਾਂ ਵਾਲੇ ਵੀ ਛੁੱਟ ਨਹੀਂ ਸਕਦੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਬੜੇ ਬੜੇ ਰਾਜੇ ਮਹਾਰਾਜੇ ਬਾਦਸ਼ਾਹ ਲੋਕ ਨੇ, ਜਿਨ੍ਹਾਂ ਦੇ ਕੋਲ ਲੱਖਾਂ ਕਰੋੜਾਂ ਫੌਜਾਂ ਹੁੰਦੀਆਂ ਨੇ, ਛੂਟਤ ਨਹੀਂ, ਉਹ ਵੀ ਭਾਈ ਜਮਾਂ ਤੋਂ ਛੁੱਟ ਨਹੀਂ ਸਕਦੇ। ਨਾਮ ਜਪਤ ਤਹਿ ਪਾਰ ਪਰਾਹੀ, ਪਰ ਬਈ ਜੇ ਮਨੁੱਖ ਉੱਥੇ ਵਾਹਿਗੁਰੂ ਦਾ ਨਾਮ ਜਪਦਾ ਹੈ ਅਤੇ ਨਾਮ ਜਪ ਕੇ ਤਹਿ ਪਾਰ ਪਰਾਹੀ, ਉਹ ਅੱਗੇ ਭਾਵ ਸਾਗਰ ਤੋਂ ਅਥਵਾ ਤ੍ਰਿਸ਼ਨਾ ਦੇ ਵਿਕਾਰਾਂ ਦੇ ਸਾਗਰ ਤੋਂ ਵੀ ਪਾਰ ਉਤਰ ਜਾਂਦਾ ਹੈ। ਅਨਕ ਬਿਘਨ ਜਹੈ ਆਏ ਸੰਘਾਰੈ, ਲਓ ਹਜ਼ੂਰ ਕਹਿੰਦੇ ਨੇ ਜਦੋਂ ਅੱਗੇ ਪ੍ਰਲੋਕ ਦੇ ਰਸਤੇ ਦੇ ਅੰਦਰ ਅਨੇਕਾਂ ਹੀ ਵਿਘਨ
भाव अनेकां ही जिहड़े कोई साडे दुश्मन ने, मनुखता दा नुकसान करन वाले विकार ने, जिथे अनेकां बिघन आके सानू संघारे दा अर्थ नाश करदे हन। हर का नाम तत्काल उधारै, वे उथे अकाल पुरख वाहिगुरु दा नाम तत्काल दा अर्थ है शीघर, बहुत छेती सानू उधार दिंदा है। इहदा मतलब यह है जदों अनेकां बिघन आके सानू घेरदे ने तां उस वेले तुसीं एक मन एक चित हो के वाहिगुरु दा सिमरन करो, सतगुरु के चरणों में अरदास बेनती करो, तो वाहिगुरु का नाम बहुत छेती उन्हां बिघना तो सानू मुक्त कर देवेगा। अनक जोन जन्मे मर जाम, साहिब सतगुरु सच्चे पातशाह फरमाते ने वेख लो भी ये जड़ा जीव है अपने किते कर्मां के अनुसार अनक जोन जन्मे अनेक जूनिया के जाके जन्म लैंदा है, तो जन्म लैण तो बाद मर जाता है, फिर जन्म लै लैंदा है। ये जड़ा जन्म मरण का चक्कर है, कई जन्म पै कीट पतंगा, कई जन्म गज मीन कुरंगा, ये कदे मुकण वाला नहीं है। नाम जपत पावै विश्राम, पर हजूर कहिंदे जे मनुख वाहिगुरु का नाम जपे तो नाम जपद्या होया इहनू हमेशा ले टिकाओ, हमेशा लिए विश्राम, हमेशा लिए आराम मिल जाता है। ओ मैला मल कबहु ना धोवै, लो हजूर कहिंदे ने ये जड़ा जीव है हौमै करके मैला है, असी कोई भी कम करते हाँ हौमै विच ही करते हाँ, तो हौमै की मैल दे नाल ओ हमेशा लिए मलीन हो जाता है। हजूर कहिंदे ने हौ मैला, ये जीव अपनी हौमै करके मैला है, मल कबहु ना धोवै, ये अपनी हौमै की मैल नूं किसे तरह भी कदे भी धो नहीं सकता, क्योंकि जिहड़ी हौमै एक ऐसी सूखम मैल है। जे असी सोचिए भी तीर्थां ते नहा के जां कोई वर्त पुन दान करके इस मैल नूं ला दईए तो बल्कि होर लगदी है। तीर्थ वर्त यार दान कर मन मह तरै गुमान, जिहड़े आम साधारण दुनिया के लोग ने कोई तीर्थां ते नहा के आ जाण उहदा भी हंकार कर लैंदे ने, जे कोई वर्त रख लवे उहदा भी हंकार हो जाता है, जे कोई दान कर दे उहदा भी हंकार कर बैठते ने, ते गल की हर चंगे काम का भी आदमी नूं हंकार हो जाता है। हजूर कहिंदे ने हौमै की मैल बहुत मुश्किल दे नाल ही उतरती है, पर सतगुरु का कहिंदे ने जीव हौमै करके मैला है, इस होमै की मैल नूं कदे भी अपने आप तो ही नहीं सकदा। हर का नाम कोट पाप खोवै, लो सतगुरु कहिंदे ने वाहिगुरु परमेश्वर का नाम ही एक ऐसा साधन है जिहड़ा करोड़ां पापां नूं नाश कर सकदा है, भाव होमै की मैल नूं भी ते करोड़ां पापां नूं भी नाश कर सकदा है। एक बारी गुरु अर्जन देव महाराज के चरणों में गुरसिखा ने बेनती की, सच्चे पातशाह जिहड़े साडे पाप ने उते करोड़ां जन्मां दे ने, उहनां दी तां गिणती ही नहीं हो सकदी, ते जिहड़ा वाहिगुरु परमेश्वर दा नाम है वह बहुत छोटा है। सतगुरु ने पिछे आखिया सी किणका एक जिस जीव बसावै, वी उह ते किणका मात्र है, बड़ा छोटा है, ते वह एडे वड्डे पापां दे ढेरां नूं किवें नाश करेगा। तां साहिब सतगुरु सच्चे पातशाह ने बड़ी सोहणी उदाहरण दित्ती, ईंधन कीतो मूह कणा पूरी दतीम पाहे। सतगुरु कहिंदे ने एक पासे तुसीं लकड़ां दे ढेर ला दिओ, सैकड़े हजारां मण लकड़ां दे ढेर ला दिओ, पूरी दतीम पाहे, पाहे दा अर्थ अग, पूरी दा अर्थ है वी पूरी पूरा अग, भाव थोड़ी जी उहनूं अग दी चिंगियाड़ी ला दिओ। एक पासे हजारां मण लकड़ां दे ढेर ने ते उहनूं तुसीं इको अग दी चिंगियाड़ी ला दिओ ते उह सब नूं साड़ के भस्म कर दिंदी है। ईंधन अधिक सकेलिए पाई, पावक रंचक पाए, खिन पल नाम हृदय वसै पाई, नानक मिलन सुभाए। जदों खिन ते पल पर भी नाम हिरदे विच वस जांदा है उह सारे पापां नूं दग्ध कर दिंदा है ते वाहिगुरू दे नाल बहुत छेती मिलाप हो जाता है, क्योंकि पाप ही ने जिहड़े सानू परमेश्वर वाल जाण नहीं दिंदे ते उहनां पापां नूं नाम ने नाश करना। इसे लई तां सतगुरु बार बार सानू इह सिख्या दिंदे हन, भाई वाहिगुरु दा नाम जपो ते गुरमुख बन के नाम जपो, गुरु वाले हो के नाम जपो। हजूर कहिंदे ने
ਵੀ ਵਾਹਿਗੁਰੂ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ ਕਰਦਾ ਹੈ। ਐਸਾ ਨਾਮ ਜਪਹੋ ਮਨ ਰੰਗੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਐਸਾ ਵਾਹਿਗੁਰੂ ਦਾ ਨਾਮ ਹੈ ਜੋ ਸਾਰੇ ਪਾਪਾਂ ਦੀ ਮੈਲ ਨੂੰ ਵੀ ਤੇ ਹਉਮੈ ਦੀ ਮੈਲ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਐਸਾ ਨਾਮ ਐਸਾ ਹੈ ਵਾਹਿਗੁਰੂ ਦਾ ਨਾਮ ਜਪਹੋ ਮਨ ਰੰਗ। ਸਤਿਗੁਰੂ ਕਹਿੰਦੇ ਨੇ ਐ ਮਨ ਪ੍ਰੇਮ ਦੇ ਨਾਲ ਉਸ ਨਾਮ ਨੂੰ ਜਪ। ਨਾਨਕ ਪਾਈਐ ਸਾਧ ਕੈ ਸੰਗ। ਮਹਾਰਾਜ ਇਹ ਨਾਮ ਮਿਲਦਾ ਕਿੱਥੋਂ ਹੈ ਤਾਂ ਹਜ਼ੂਰ ਕਹਿੰਦੇ ਪਾਈ ਸਾਧ ਕੈ ਸੰਗ, ਵੀ ਇਹ ਗੁਰੂ ਦੀ ਸੰਗਤ ਵਿੱਚੋਂ ਇਹ ਨਾਮ ਪ੍ਰਾਪਤ ਹੁੰਦਾ ਹੈ। ਇਸ ਲਈ ਪਹਿਲਾਂ ਸਤਿਗੁਰੂ ਦੇ ਕੋਲ ਆਓ ਅਤੇ ਸਤਿਗੁਰੂ ਦੀ ਦੱਸੀ ਮਰਯਾਦਾ ਅਨੁਸਾਰ ਨਾਮ ਨੂੰ ਪ੍ਰਾਪਤ ਕਰੋ ਅਤੇ ਫਿਰ ਉਸ ਨਾਮ ਦੀ ਕਮਾਈ ਕਰੋ ਅਤੇ ਪ੍ਰੇਮ ਦੇ ਨਾਲ ਨਾਮ ਜਪੋ। ਜਿਹ ਮਰ ਕੇ ਗਨੇ ਜਾਹੇ ਨਾ ਕੋਸਾ। ਲੋ ਹੁਣ ਅੱਗੇ ਫਿਰ ਸਤਿਗੁਰੂ ਨਾਮ ਦੀ ਹੀ ਮਹਿਮਾ ਉਚਾਰਨ ਕਰੀ ਜਾ ਰਹੇ ਹਨ। ਹਜ਼ੂਰ ਕਹਿੰਦੇ ਨੇ ਜਿਸ ਪਰਲੋਕ ਦੇ ਰਸਤੇ ਦੇ ਜਿਹੜੇ ਕੋਈ ਮੀਲਾਂ ਅਤੇ ਕੋਹ ਨੇ ਗਿਣੇ ਨਹੀਂ ਜਾ ਸਕਦੇ। ਕੋਈ ਇਹ ਨਹੀਂ ਕਹਿ ਸਕਦਾ ਵੀ ਇੱਥੋਂ ਇਸ ਮਾਤ ਲੋਕ ਤੋਂ ਵੀ ਜਿਹੜਾ ਅੱਗੇ ਪ੍ਰਲੋਕ ਦਾ ਰਸਤਾ ਹੈ ਜਾਂ ਜਮਪੁਰੀ ਹੈ ਉਹ ਇੱਥੋਂ ਇੰਨੇ ਮੀਲ ਹੈ ਜਾਂ ਇੰਨੇ ਯੋਜਨ ਹੈ ਜਾਂ ਇੰਨੀਆਂ ਕੋਹਾਂ ਨੇ। ਹਜ਼ੂਰ ਕਹਿੰਦੇ ਨੇ ਪ੍ਰਲੋਕ ਦੇ ਰਸਤੇ ਦਾ ਕੋਈ ਪਤਾ ਨਹੀਂ। ਜਿਹੜੇ ਹਿੰਦੂ ਧਰਮ ਦੇ ਸ਼ਾਸਤਰ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਹਰ ਜੀਵ ਆਤਮਾ ਨੂੰ ਮਰਨ ਤੋਂ ਬਾਅਦ ਇੱਥੋਂ ਅੱਗੇ ਪ੍ਰਲੋਕ ਵਿੱਚ ਜਾਣ ਦੇ ਲਈ ਇੱਕ ਸਾਲ ਦਾ ਸਮਾਂ ਲੱਗ ਜਾਂਦਾ ਹੈ, ਇੱਕ ਸਾਲ ਉਸਨੂੰ ਲੱਗਦਾ ਹੈ। ਸੋ ਰਹੋ ਵਿਚਾਰ। ਪਰ ਸਤਿਗੁਰੂ ਕਹਿੰਦੇ ਨੇ ਜਿਹ ਮਾਰਗ ਕੇ ਗਨੇ ਜਾਹੇ ਨਾ ਕੁਸਾ, ਜਿਸ ਮਾਰਗ ਦੇ ਕੋਹਾਂ ਨੂੰ ਮਿਣਿਆ ਨਹੀਂ ਜਾ ਸਕਦਾ, ਗਿਣਿਆ ਨਹੀਂ ਜਾ ਸਕਦਾ, ਕੋਈ ਇਹ ਨਹੀਂ ਦੱਸ ਸਕਦਾ ਵੀ ਇੱਥੋਂ ਨਰਕ ਅਤੇ ਸੁਰਗ ਕਿੰਨੀ ਕੁ ਦੂਰ ਹਨ। ਹਰ ਕਾ ਨਾਮ ਊਹਾ ਸੰਗ ਤੋਸਾ। ਲਓ ਸਤਿਗੁਰੂ ਕਹਿੰਦੇ ਨੇ ਜੇ ਤੁਹਾਡੇ ਕੋਲ ਵਾਹਿਗੁਰੂ ਦਾ ਨਾਮ ਹੋਵੇਗਾ ਅਤੇ ਫਿਰ ਉਹ ਤੁਹਾਡੇ ਨਾਲ ਉੱਥੇ ਤੋਸਾ ਦਾ ਅਰਥ ਹੈ ਸਫ਼ਰ ਖਰਚ ਬਣੇਗਾ। ਭਾਵ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹ ਰਸਤੇ ਜਿਸ ਰਸਤੇ ਦੀਆਂ ਕੋਹਾਂ ਨੂੰ ਨਹੀਂ ਕੋਈ ਗਿਣ ਸਕਦਾ, ਭਾਵ ਬਹੁਤ ਲੰਬਾ ਪੈਂਡਾ ਹੈ, ਬਹੁਤ ਵੱਡਾ ਲੰਬਾ ਸਫ਼ਰ ਹੈ। ਹਜ਼ੂਰ ਕਹਿੰਦੇ ਨੇ ਉੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੁਹਾਡੇ ਕੋਲ ਸਫ਼ਰ ਖਰਚ ਹੋਵੇਗਾ, ਅਥਵਾ ਤੋਸਾ ਕਹਿੰਦੇ ਨੇ ਸਫ਼ਰ ਖਰਚ ਨੂੰ, ਅਤੇ ਦੂਸਰਾ ਤੋਸਾ ਕਹਿੰਦੇ ਨੇ ਬਈ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕੋਈ ਮੁਸਾਫਰ ਹੁੰਦੇ ਸਨ ਔਰ ਉਹਨਾਂ ਨੂੰ ਪੈਦਲ ਹੀ ਵਧੇਰੇ ਸਫ਼ਰ ਕਰਨਾ ਪੈਂਦਾ ਸੀ, ਉਸ ਵੇਲੇ ਸਵਾਰੀਆਂ ਨਹੀਂ ਸਨ, ਅਤੇ ਜਿਹੜੇ ਰੋਜ਼ ਸਫ਼ਰ ਕਰਨ ਵਾਲੇ ਲੋਕ ਸਨ ਉਹ ਆਪਣੇ ਕੋਲ ਕੋਈ ਨਾ ਕੋਈ ਇੱਕ ਐਸਾ ਪਦਾਰਥ ਬਣਾ ਕੇ ਰੱਖਦੇ ਸਨ ਜਿਹਦੇ ਵਿੱਚ ਘਿਓ, ਮੈਦਾ, ਖੰਡ ਇੱਕੋ ਜਿਹੀ ਬਰਾਬਰ ਤੋਲ ਕੇ ਪਾਈ ਹੁੰਦੀ ਸੀ, ਅਤੇ ਉਹਨੂੰ ਜਿਵੇਂ ਆਪਾਂ ਕੋਈ ਚੂਰੀ ਕੁੱਟ ਲੈਂਦਾ ਸੀ, ਕੋਈ ਪੰਜੀਰੀ ਬਣਾ ਲੈਂਦਾ ਸੀ, ਇੱਕ ਤਾਂ ਉਹ ਖਰਾਬ ਨਹੀਂ ਸੀ ਹੁੰਦੀ ਅਤੇ ਦੂਸਰਾ ਜਦੋਂ ਉਸਨੂੰ ਖਾ ਲਈਏ ਨਾ ਤਾਂ ਫਿਰ ਭੁੱਖ ਲੱਗਦੀ ਸੀ ਨਾ ਪਿਆਸ ਲੱਗਦੀ ਸੀ, ਅਤੇ ਸਰੀਰ ਨੂੰ ਬੜੀ ਸ਼ਕਤੀ ਮਿਲਦੀ ਸੀ, ਸਫ਼ਰ ਕਰਨਾ ਆਸਾਨ ਹੁੰਦਾ ਸੀ, ਅਤੇ ਉਹ ਤੋਸਾ ਖਾਣ ਦੇ ਨਾਲ ਕੋਈ ਸਰੀਰ ਨੂੰ ਥਕਾਵਟ ਵੀ ਇੰਨੀ ਮਹਿਸੂਸ ਨਹੀਂ ਸੀ ਹੁੰਦੀ। ਹਜ਼ੂਰ ਕਹਿੰਦੇ ਨੇ ਵੀ ਜਿਸ ਜਮਾਂ ਦੇ ਮਾਰਗ ਦੀਆਂ ਕੋਹਾਂ ਨੂੰ ਗਿਣਿਆ ਨਹੀਂ ਜਾ ਸਕਦਾ, ਅਤੇ ਜੇ ਤੁਹਾਡੇ ਕੋਲ ਵਾਹਿਗੁਰੂ ਦਾ ਨਾਮ ਦਾ ਤੋਸਾ ਹੋਵੇਗਾ, ਭਾਵ ਉਹ ਰੂਹਾਨੀ ਭੋਜਨ, ਆਤਮਕ ਭੋਜਨ ਤੁਹਾਡੇ ਕੋਲ ਹੋਵੇਗਾ, ਔਰ ਫਿਰ ਤੁਹਾਨੂੰ ਉਹ ਰਸਤਾ ਤੈਅ ਕਰਨਾ ਬੜਾ ਆਸਾਨ ਹੋਵੇਗਾ। ਜਿਹ ਪੈੜੈ ਮਹਾ ਅੰਧ ਗੁਬਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਅੱਗੇ ਜਮਾਂ ਦਾ ਪੈਂਡਾ ਰਸਤਾ ਹੈ ਅੰਧ ਗੁਬਾਰਾ, ਉੱਥੇ ਬਹੁਤ ਹਨੇਰ ਗੁਬਾਰ ਵੀ ਉੱਥੇ ਦਿਖਾਈ ਦਿੰਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜਾ ਪ੍ਰਲੋਕ ਦਾ ਰਸਤਾ ਹੈ ਉੱਥੇ ਬਹੁਤ ਹਨੇਰਾ ਹੈ, ਉੱਥੇ ਆਹ ਜਿਹੜੇ ਚੰਦਰਮਾ ਅਤੇ ਸੂਰਜ ਨੇ ਇਹਨਾਂ ਦੀ ਵੀ ਰੋਸ਼ਨੀ ਉੱਥੇ ਨਹੀਂ ਜਾ ਸਕਦੀ। ਜਿਹੜਾ ਪ੍ਰਲੋਕ ਦਾ ਰਸਤਾ ਹੈ ਉੱਥੇ ਬਹੁਤ ਅੰਧ ਗੁਬਾਰਾ, ਅੰਨਾ ਹਨੇਰਾ ਹੁੰਦਾ ਹੈ। ਹਰ ਕਾ ਨਾਮ ਸੰਗ ਉਜਿਆਰਾ। ਪਰ ਸਤਿਗੁਰੂ ਕਹਿੰਦੇ ਨੇ ਜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੁਹਾਡੇ ਕੋਲ ਹੋਵੇਗਾ ਇਹ ਮਾਨੋ ਉੱਥੇ ਉਜਿਆਰਾ ਦਾ ਅਰਥ ਹੈ ਦੀਵੇ ਦੀ ਲੋਹ ਵਾਂਗੂ ਪ੍ਰਕਾਸ਼ ਕਰੇਗਾ। ਜਿਵੇਂ ਕੋਈ ਆਦਮੀ ਬਹੁਤ ਹੀ ਹਨੇਰੇ ਵਿੱਚ ਜਾਂਦਾ ਹੋਵੇ ਉਹਨੂੰ ਬੜਾ ਡਰ ਲੱਗਦਾ ਹੈ ਅਤੇ ਠੇਡੇ ਵੀ ਖਾਂਦਾ ਹੈ, ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰ ਜਾਂਦੇ ਨੇ, ਪਰ ਜਦੋਂ ਉਹਦੇ ਕੋਲ ਰੋਸ਼ਨੀ ਹੋਵੇ
तो फिर उन्हों कोई खतरा कोई दुख नहीं व्याप सकता। हजूर कहते हैं जिस जमा के रस्ते बहुत कुपह नेरा है उत्थे वाहिगुरु परमेश्वर के नाम का दीवा ही अगे प्रकाश करता है। जदों नाम थोड़े कोल होवेगा उस दे नाल अगे रास्ता रोशन हो जाएगा। जहां पंथ तेरा को ना सिजानो साहिब सतगुरु सच्चे पातशाह फरमाते ने ऐ मन जिथे परलोक दे रस्ते विच तेरा कोई भी सिजानू दा अर्थ है जान पछाण वाला नहीं होवेगा। हर का नाम तह नाल पछाणो ते जिहड़ा वाहिगुरु परमेश्वर दा नाम है उत्थे भी तेरे नालो पछाण ज्ञान कराउण वाला होवेगा। भाव जिहड़े गुरमुख प्यारे नाम जपदे हन चाहे किसे लोक विच भी चले जाण किसे धरती ते चले जाण किसे ग्रह नक्षत्र ते चले जाण किसे दुनिया विच भी चले जाण सब थावां ते नाम जपण वालियां दा सत्कार ही सत्कार हुंदा है। जह महा भयान तपत बहु काम साहिब सतगुरु सच्चे पातशाह फरमाउंदे ने भाई जिथे परलोक दे रस्ते दे विच बहुत भयानक तपश हुंदी है ते बहु काम ते बहुत तेज गर्मी भी पैंदी है। कई वारी इन्ना वट पैंदा है इन्नी गर्मी पैंदी है ते साह भी घुटन महसूस करदा है बाहर भी निकलना औखा हो जाता है। कि जमा दा रस्ता भी एक ऐसा है जिथे कहिंदे ने बड़ी तपश हुंदी है ते बड़ी तेज धुप ते गर्मी पैंदी है। हर के नाम की तुम ऊपर छाम भई उत्थे वाहिगुरु परमेश्वर दे नाम दी तेरे उतरे तेरे उत्ते छां हो जाएगी। जिमें कोई आदमी बहुत ही तपश दे विच मारू थल दे विच जांदा होवे रेता भी तपिया होवे सूरज की धुप भी साड़दी होवे उत्थे एकदम अचानक बदल आ जावे ते बदल दी छां दे नाल एकदम ठंड प्रतीत हुंदी है ठंड प्राप्त हो जाती है। हजूर कहिंदे ने जिथे अगे जमा दे रस्ते दे विच बहुत भयानक तपश पैंदी है ते बहुत ही गर्मी लगती है उत्थे वाहिगुरु दे नाम दी तेरे उत्ते बदल वांगू छां होवेगी। जहां त्रिखा मन तुझ आ करखै लो हजूर कहिंदे ने जिथे परलोक दे रस्ते विच तैनू इन्नी त्रिखा प्यास लगेगी ते तेरे मन नू खिच पवेगी अंदरों खो पवेगी तेनू पीण वास्ते कुछ भी नहीं मिलेगा। तह नानक हर हर अमृत बरखै धन गुरु अर्जन देव महाराज सच्चे पातशाह कहिंदे ने मना उत्थे वाहिगुरु परमेश्वर दा नाम जे तेरे कोल होवेगा ए मनो अमृत बरखेगा वाहिगुरु दा नाम अमृत वांगू बरखेगा भाव तेरी सारी प्यास भी बुझा देवेगा ते तेरी सारी तपश नू भी दूर कर देवेगा। भक्त जना की बरतन नाम लो हुण साहिब सतगुरु सच्चे पातशाह हुण वाहिगुरु दे नाम जपण वाले भगतां दी महिमा कर रहे हन। भक्त जना की बरतन नाम जिहड़े भगत लोग ने भगत दा अर्थ है जिहड़े पैर ते पाओ विच विचरण वाले ने जिहड़े हमेशा लई वाहिगुरु दे पैर ते पाओ प्रेम दे विच रहिंदे ने ऐसे जिहड़े भगत जन हन उन्हां दी वर्तन वाली वस्तु असली वाहिगुरु परमेश्वर दा नाम है। वर्तन तो मुराद है वर्तन वाली चीज़ भगत जना की वर्तन नाम उन्हां भगत जना दी वर्तन वाली वस्तु असली वाहिगुरु दा नाम है। संत जना कै मन विश्राम ये जिहड़ा नाम है भी जिहड़े संत लोग ने संत कौन ने जिन्ना सास ग्रास ना विसरै हर नामा मन मंत तन से सेई नानका पूरन सोई संत उन्हां संतां महापुरखां दे मन दे विच नाम दा निवास हुंदा है। हर का नाम दास की ओट लो हजूर कहिंदे ने भी वाहिगुरु परमेश्वर दा नाम ही दास दी ओट हुंदी है। जिवें कोई आदमी अपनी रखिया दे वास्ते कोई किला उसारदा है कोई सूरमा ढाल पकड़ता है कोई मोर्चाबंदी करता है पर हजूर कहिंदे जिहड़ा वाहिगुरु दा नाम है वह दास दी ओट है एक ढाल है। हर कै नाम उदरे जन कोट वाहिगुरु दे नाम नू जप के वाहिगुरु दे नाम दी कमाई करके एक ने दो ने चार ने करोड़ां ही जिहड़े जन भगत लोक ने उधर गए हन। हर जस करत संत दिन रात साहिब सतगुरु सच्चे पातशाह फरमाउंदे ने भाई जिहड़े वाहिगुरु दे प्यारे संत जन हन ओ दिन रात
वाहिगुरु परमेश्वर का जस करते रहते हैं, क्योंकि सतगुरु का हुक्म भी है हर दिन रैन कीर्तन गाइए बहुड़ ना जोनी पाइए, भी दिन रात वाहिगुरु का कीर्तन करो, दिन रात बाणी पढ़ी जाओ, दिन रात तुसी सिमरन करो। हाजूर कहते ने वाहिगुरु के संत लोग दिन रात वाहिगुरु का जस करते हैं। हर हर औखद साध कमात, इस दे नाल ही सतगुरु कहते ने जिहड़े साधु जन हैं जिन्होंने असाध मन नू साध लिया है। साध किसनू कहते ने, साध वही जग जानी है जाके नहीं उपाद मन, जिदे मन दे विच कोई वक्षेप नहीं है, जिन्हें मन नू साध लिया है उन्हू साधु आखिया है। भाई साहब भाई गुरदास जी ने भी आखिया है गुरमुख साध असाध साध सदाया, गुरमुखा ने असाध मन नू साध के अपने आप नू साध अखवाए। इसलिए साध कोई माड़े नहीं हुंदे, पर जदों कोई साधुआं वाला भेस धारण करके गलत काम करता है तो फिर वह भेख बदनाम हो जाता है। इसलिए भेख नू बदनाम किया जा सकता, पर जिहड़ा साध पदवी है उन्हू नहीं आप माड़ा कह सकते। हर हर औखद साध कमात, हजूर कहिंदे भाई जिहड़े साधु लोग ने उस वाहिगुरु परमेश्वर दे नाम की औषधि नू, कमात का अर्थ है कमाउंदे ने भाव वरतदे ने, जिहड़े साधु लोग ने वाहिगुरु दे नाम की दारू नू नाम की दवाई नू हर वेले वह वरतदे रहिंदे ने, हर वेले वाहिगुरु वाहिगुरु का नाम जपदे रहिंदे ने। जिवें कोई कहिंदे भी जे कोई दवाई वरतूगा आराम तां ही आउंदा है ना, तो इस तरह जिहड़े साधु जन हैं वह वाहिगुरु के नाम की दारू नू हमेशा लई कमाउंदे ने, भाव उस नू वरतदे हन और उसका इस्तेमाल करते हैं। हर जन कै हर नाम निदान, साहिब सतगुरु सच्चे पातशाह फरमाउंदे ने भाई वाहिगुरु के जना के प्रति वाहिगुरु परमेश्वर का नाम ही सब तो वड्डा खजाना है। पार ब्रह्म जन कीनो दान, पार ब्रह्म पापा पुन्ना तो परे ब्रह्म जो व्यापक स्वरूप अकाल पुरख वाहिगुरु है, उसने अपने जन भगत जना नू ये नाम दा खजाना दान कीता है। मन तन रंग रते रंग एक है, साहिब सतगुरु सच्चे पातशाह फरमाउंदे ने भाई जिहड़े वाहिगुरु दे प्यारे महापुरख ने उन्हां दे मन भी ते तन भी एक वाहिगुरु परमेश्वर दे रंग दे विच रंगे रहिंदे हन, ते बस इको ही रंग उन्हां दे मन नू चढ़िया रहिंदा है। नानक जन कै बिरत विवेकै, साहिब सतगुरु सच्चे पातशाह फरमाउंदे ने भाई फिर उन्हां जना दे प्रति बिरत विवेकै जिहड़ी विवेक वाली बिरती है वह भी प्राप्त हो जाती है। भाव जिन्हां दे मन तन एक वाहिगुरु दे रंग विच रंगे जाते हैं फिर उन्हां जना दे प्रति विवेक वाली बिरती भी प्राप्त हो जाती है। विवेक का अर्थ है दो चीज़ां नू एक कर देना, भाव आत्मा ते अनात्मा की विचार करनी, जीव ईश की एकता की विचार करनी, इनू विवेक कहिंदे ने। उन्हां गुरमुखां नू विवेक वाली बिरती प्राप्त हो जाती है जिहदे नाल उह आत्मा ते अनात्मा की विचार कर सकते ने, सच झूठ का निर्णय कर सकते ने, ते जीव ईश की एकता वाली बिरती उन्हां नू प्राप्त हो जाती है। हर का नाम जन का मुक्त जुगत, लो साहिब सतगुरु सच्चे पातशाह फरमाउंदे ने भाई वाहिगुरु परमेश्वर का नाम ही भी जन को वाहिगुरु के जन दास नू मुक्त जुगत मुक्ति की जुगती रूप प्रतीत होंदा है। आम तौर पर एक दुनिया की एक कहावत है भी जुगती नाल ही मुक्ति मिलती है, जुगती का मुक्ति नाल संबंध है। हजूर कहते ने वाहिगुरु का नाम ही जना दे लई मुक्ति की जुगती है, भाव वाहिगुरु के प्यारे नाम द्वारा ही भोग मोख नू प्राप्त करते हैं। हर कै नाम जन कौ त्रिपत भुगत, लो हजूर कहते ने हर कै नाम वाहिगुरु के नाम करके ही जन को वाहिगुरु के जन दास नू त्रिपत भुगत, भी त्रिपत करन वाली भुगत का अर्थ है भी जिहड़ी खुराक प्राप्त होंदी है, क्योंकि मुक्त ते भुगत दो चीज़ां ने, मुक्ति है आत्मक सुख की दात ते भुगत है संसारक सुखां की दात। हजूर कहिंदे ने जिहड़े वाहिगुरु के प्यारे ने उन्हां दे लई वाहिगुरु का नाम ही मुक्ति की जुगती है, ते हर कै नाम ते वाहिगुरु के नाम करके ही
ਉਹਨਾਂ ਜਨਾਂ ਨੂੰ ਆਤਮਕ ਤ੍ਰਿਪਤੀ ਦੇਣ ਵਾਲੀ ਭੁਗਤ ਜਿਹੜੀ ਆਤਮਕ ਖੁਰਾਕ ਹੈ, ਰੂਹਾਨੀ ਖੁਰਾਕ ਹੈ, ਉਹ ਵੀ ਉਹਨਾਂ ਨੂੰ ਨਾਮ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਹਰ ਕਾ ਨਾਮ ਜਨ ਕਾ ਰੂਪ ਰੰਗ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਬੜੇ ਅਨੇਕਾਂ ਹੀ ਤਰੀਕਿਆਂ ਨਾਲ ਨਾਮ ਦੀ ਮਹਿਮਾ ਕਰਦੇ ਹਨ ਵੀ ਹਰ ਕਾ ਨਾਮ ਜਨ ਕਾ ਰੂਪ ਰੰਗ। ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਜਨਾਂ ਦਾ ਰੂਪ ਅਤੇ ਰੰਗ ਹੁੰਦਾ। ਇਹਦਾ ਮਤਲਬ ਇਹ ਹੈ ਜਿਹੜੇ ਮਹਾਂਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ ਉਹਦੇ ਨਾਲ ਉਹਨਾਂ ਦੀ ਸੁੰਦਰਤਾ ਦੇ ਵਿੱਚ ਵੀ ਵਾਧਾ ਹੁੰਦਾ ਅਤੇ ਉਹਨਾਂ ਦੇ ਚਿਹਰੇ ਉੱਤੇ ਇੱਕ ਜਾਹੋ ਜਲਾਲ ਪ੍ਰਗਟ ਹੋ ਜਾਂਦਾ ਹੈ ਅਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਉਹਨਾਂ ਜਨਾਂ ਦਾ ਰੂਪ ਰੰਗ ਹੁੰਦਾ ਭਾਵ ਹਾਰ ਸ਼ਿੰਗਾਰ ਹੁੰਦਾ ਸੋਭਾ ਅਤੇ ਸੁੰਦਰਤਾ ਦਾ ਉਹਨਾਂ ਦਾ ਕਾਰਨ ਹੁੰਦਾ ਹੈ। ਹਰ ਨਾਮ ਜਪਤ ਕਬ ਪਰੈ ਨਾ ਭੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ ਕਬ ਪਰੈ ਨਾ ਭੰਗ ਵੀ ਉਹਨਾਂ ਦੇ ਜੀਵਨ ਦੇ ਵਿੱਚ ਕਦੇ ਰੰਗ ਵਿੱਚ ਭੰਗ ਨਹੀਂ ਪੈਂਦਾ। ਜਿਵੇਂ ਆਮ ਤੌਰ 'ਤੇ ਕਈ ਵਾਰੀ ਆਪਾਂ ਆਪਣੇ ਆਨੰਦ ਵਿੱਚ ਬੈਠੇ ਹੁੰਦੇ ਹਾਂ ਅਤੇ ਕੋਈ ਨਾ ਕੋਈ ਆ ਕੇ ਵਿਘਨ ਪਾ ਦੇਵੇ, ਕੋਈ ਰੌਲਾ ਪਾ ਦੇਵੇ, ਕੋਈ ਬਿਨਾਂ ਮਤਲਬ ਤੋਂ ਕੋਈ ਨਾ ਕੋਈ ਝਗੜਾ ਕਰੇ ਅਤੇ ਕਹਿੰਦੇ ਵੀ ਇਹਨੇ ਤਾਂ ਰੰਗ ਦੇ ਵਿੱਚ ਭੰਗ ਪਾ ਦਿੱਤਾ। ਹਜ਼ੂਰ ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ, ਹਰ ਨਾਮ ਜਪਤ, ਵਾਹਿਗੁਰੂ ਦੇ ਨਾਮ ਨੂੰ ਜਪਦਿਆਂ ਹੋਇਆਂ ਕਦੇ ਸਾਡੇ ਜੀਵਨ ਦੇ ਵਿੱਚ ਭੰਗ ਰੰਗ ਵਿੱਚ ਭੰਗ ਨਹੀਂ ਪੈਂਦਾ। ਜੇ ਅਸੀਂ ਸਿੱਖਿਅਤ ਜੀਵਨ ਦੇ ਵਿੱਚ ਚਲੀ ਜਾ ਰਹੇ ਹਾਂ ਅਤੇ ਕੋਈ ਸਾਡੇ ਪਾਸੋਂ ਕੋਈ ਕੁਰਹਿਤ ਹੋ ਜਾਣੀ ਸਾਡੇ ਜੀਵਨ ਦੇ ਵਿੱਚ ਭੰਗ ਪੈਣ ਵਾਲੀ ਗੱਲ ਹੈ। ਅਸੀਂ ਅੰਮ੍ਰਿਤ ਛਕ ਕੇ ਕੋਈ ਕੁਰਹਿਤ ਕਰ ਲਈਏ, ਕੋਈ ਹੋਰ ਕੋਈ ਮਾੜਾ ਕੰਮ ਕਰ ਲਈਏ, ਕਹਿੰਦੇ ਲੈ ਵੀ ਇਹਦੀ ਤਾਂ ਭਗਤੀ ਵਿੱਚ ਭੰਗਣਾ ਪੈ ਗਈ। ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਉਹਦੇ ਜੀਵਨ ਦੇ ਵਿੱਚ ਕਦੇ ਭੰਗ ਨਹੀਂ ਪੈ ਸਕਦੀ। ਹਰ ਕਾ ਨਾਮ ਜਨ ਕੀ ਵਡਿਆਈ। ਹਜ਼ੂਰ ਫਰਮਾਉਂਦੇ ਨੇ ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਜਨ ਕੀ ਵਡਿਆਈ, ਉਹ ਜਨ ਦਾਸ ਦੀ ਵਡਿਆਈ ਹੁੰਦੀ ਹੈ। ਇਹਦਾ ਮਤਲਬ ਹੈ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਜਨ ਦੀ ਵਡਿਆਈ ਦਾ ਸਬੱਬ ਬਣਦਾ, ਕਿਉਂਕਿ ਨਾਮ ਕਰਕੇ ਹੀ ਸਾਰੇ ਮਹਾਂਪੁਰਖਾਂ ਦੀ ਵਡਿਆਈ ਅਤੇ ਸੋਭਾ ਹੁੰਦੀ ਹੈ। ਹਰ ਕੈ ਨਾਮ ਜਨ, ਹਰ ਕੈ ਨਾਮ ਜਨ ਸੋਭਾ ਪਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਨਾਮ ਸਦਕਾ ਹੀ ਜਿਹੜੇ ਵਾਹਿਗੁਰੂ ਦੇ ਜਨ ਦਾਸ ਨੇ ਉਹਨਾਂ ਨੇ ਸੋਭਾ ਪ੍ਰਾਪਤ ਕੀਤੀ ਹੈ। ਇਹਦਾ ਮਤਲਬ ਇਹ ਹੈ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਵੀ ਵਾਹਿਗੁਰੂ ਦੇ ਨਾਮ ਦਾ ਸਦਕਾ ਸੋਭਾ ਪ੍ਰਾਪਤ ਕੀਤੀ ਹੈ ਅਤੇ ਵਾਹਿਗੁਰੂ ਦੇ ਨਾਮ ਦਾ ਸਦਕਾ ਹੀ ਉਹਨਾਂ ਨੇ ਪਰਲੋਕ ਦੇ ਵਿੱਚ ਵਡਿਆਈ ਹਾਸਲ ਕੀਤੀ ਹੈ। ਹਰ ਕਾ ਨਾਮ ਜਨ ਕੋ ਭੋਗ ਜੋਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਜਨਾਂ ਦੇ ਲਈ ਭੋਗ ਹੁੰਦਾ ਹੈ, ਸੰਸਾਰਕ ਸੁੱਖ ਹੁੰਦੇ ਨੇ ਅਤੇ ਵਾਹਿਗੁਰੂ ਦਾ ਨਾਮ ਹੀ ਅੱਗੇ ਜਿਹੜਾ ਯੋਗ ਦਾ ਆਨੰਦ ਹੁੰਦਾ ਹੈ, ਭਾਵ ਗੁਰਮੁਖਾਂ ਨੂੰ ਵਾਹਿਗੁਰੂ ਦੇ ਨਾਮ ਦੁਆਰਾ ਹੀ ਸੰਸਾਰ ਦੇ ਸੁੱਖ ਵੀ ਅਤੇ ਗਾਂ ਯੋਗ ਦੇ ਆਨੰਦ ਵੀ, ਪਰਲੋਕ ਦੇ ਸੁੱਖ ਵੀ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ। ਅਥਵਾ ਭੋਗ ਤੋਂ ਮੁਰਾਦ ਹੈ ਸੰਸਾਰਕ ਸੁੱਖਾਂ ਦੀ ਅਤੇ ਯੋਗ ਤੋਂ ਮੁਰਾਦ ਹੈ ਜਿਹੜੇ ਰੂਹਾਨੀ ਆਤਮਕ ਸੁੱਖਾਂ ਦੀ। ਵਾਹਿਗੁਰੂ ਦੇ ਨਾਮ ਦੁਆਰਾ ਹੀ ਜਨਾਂ ਨੂੰ ਸੰਸਾਰਕ ਸੁੱਖ ਮਿਲਦੇ ਨੇ ਅਤੇ ਨਾਮ ਦੁਆਰਾ ਹੀ ਜਿਹੜੇ ਯੋਗ ਆਤਮਕ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ। ਹਰ ਨਾਮ ਜਪਤ ਕਛ ਨਾਹੇ ਬਿਯੋਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਕਛ ਨਾਹੇ ਬਿਯੋਗ, ਉਹਨਾਂ ਦਾ ਕਦੇ ਵੀ ਵਿਛੋੜਾ ਨਹੀਂ ਹੁੰਦਾ। ਜਿਹੜੇ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦੇ ਹਨ ਉਹਨਾਂ ਦਾ ਮਨ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ। ਅਤੇ ਨਾਲ ਇਹ ਵੀ ਸਤਿਗੁਰੂ ਦੇ ਬਚਨ ਹੈ, ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੀ। ਜਦੋਂ ਨਾਮ ਜਪਦਿਆਂ ਵਾਹਿਗੁਰੂ ਪਰਮੇਸ਼ਰ ਦੇ ਨਾਲ ਅੰਦਰੋਂ ਸੰਬੰਧ ਜੁੜ ਜਾਂਦਾ ਹੈ ਅਤੇ ਫਿਰ ਉਹ ਕਦੀ ਵਿਛੋੜਾ ਨਹੀਂ ਹੁੰਦਾ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਪੱਲੀ ਭਗਵੰਤ ਹੈ। ਜਿਹੜੀ ਨਦੀ ਇੱਕ ਵਾਰੀ ਸਮੁੰਦਰ ਵਿੱਚ ਰਲ ਗਈ ਫਿਰ ਉਹ ਵੱਖ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਜਪਦਿਆਂ ਕਸ਼ ਨਾਹੇ ਵਿਯੋਗ, ਵੀ ਕਦੇ ਥੋੜ੍ਹੇ ਮਾਤਰ ਵੀ ਵਿਛੋੜਾ ਨਹੀਂ ਹੁੰਦਾ। ਜਨ ਰਾਤਾ ਹਰ ਨਾਮ ਕੀ ਸੇਵਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਵਾਹਿਗੁਰੂ ਦਾ ਜਨ ਦਾਸ ਹੈ
ਉਹ ਵਾਹਿਗੁਰੂ ਦੇ ਨਾਮ ਦੀ ਸੇਵਾ ਦੇ ਵਿੱਚ ਹੀ ਰਾਤਾਂ ਦਾ ਅਰਥ ਹੈ ਰੰਗਿਆ ਰਹਿੰਦਾ ਹੈ। ਵਾਹਿਗੁਰੂ ਦੀ ਸੇਵਾ ਕੀ ਹੈ? ਤੁਰਕੀ ਸੇਵਾ ਰਾਮਰ ਵਿੱਚ ਅਥਵਾ ਵਾਹਿਗੁਰੂ ਦੀ ਸੇਵਾ ਹੈ ਨਾਮ ਜਪਣਾ ਸਿਮਰਨ ਕਰਨਾ। ਇਉਂ ਵਾਹਿਗੁਰੂ ਦਾ ਦਾਸ ਵਾਹਿਗੁਰੂ ਦੇ ਨਾਮ ਦੀ ਸੇਵਾ ਦੇ ਵਿੱਚ ਹੀ ਮਗਨ ਰਹਿੰਦਾ ਹੈ। ਮਾਨਕ ਪੂਜੈ ਹਰ ਹਰ ਦੇਵਾ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾਨਕ ਪੂਜੈ ਹਰ ਹਰ ਦੇਵਾ। ਉਹ ਜਿਹੜਾ ਵਾਹਿਗੁਰੂ ਦਾ ਦਾਸ ਹੈ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੁਆਰਾ ਹੀ ਦੇਵਾ ਦਾ ਅਰਥ ਹੈ ਪਰਮੇਸ਼ਰ ਦੀ ਪੂਜਾ ਕਰਦਾ ਹੈ। ਨਾਨਕ ਪੂਜੈ ਹਰ ਹਰ ਦੇਵਾ, ਉਹ ਵਾਹਿਗੁਰੂ ਦੇ ਨਾਮ ਦੁਆਰਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕਰਦਾ ਹੈ। ਇੱਕ ਵਾਰੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਕੁਛ ਪੰਡਤਾਂ ਨੇ ਸਵਾਲ ਕੀਤਾ, ਕਹਿੰਦੇ ਮਹਾਰਾਜ ਅਸੀਂ ਜਿਹੜੇ ਹਿੰਦੂ ਲੋਕ ਹਾਂ ਮੂਰਤੀਆਂ ਦੀ ਪੂਜਾ ਕਰਦੇ ਹਾਂ, ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਾਂ, ਪਰ ਤੁਸੀਂ ਕਹਿੰਦੇ ਹੋ ਨਿਰੰਕਾਰ ਦੀ ਭਗਤੀ ਕਰੋ, ਨਿਰੰਕਾਰ ਦੀ ਪੂਜਾ ਕਿਵੇਂ ਹੋ ਸਕਦੀ ਹੈ, ਇਹਦੇ ਬਾਰੇ ਸਾਨੂੰ ਸਮਝਾਓ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇੱਕੋ ਹੀ ਜਵਾਬ ਦਿੱਤਾ ਸੀ, ਤੇਰਾ ਨਾਮ ਕਰੀ ਚਨਨਾਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇਰਲਾ ਘੱਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਐ ਬਿਨਨਾਵੈ ਪੂਜ ਨਾ ਹੋਏ। ਇਹ ਨਿਰੰਕਾਰ ਦੀ ਪੂਜਾ ਹੈ, ਪੂਜਾ ਕੀਚੈ ਨਾਮ ਧਿਆਈਐ ਬਿਨਨਾਵੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਅਸਲੀ ਰੱਬ ਦੀ ਪੂਜਾ ਹੋ ਹੀ ਨਹੀਂ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦਾ ਪਿਆਰਾ ਹੈ ਉਹ ਵਾਹਿਗੁਰੂ ਦੇ ਨਾਮ ਦੁਆਰਾ ਹੀ ਵਾਹਿਗੁਰੂ ਦੀ ਪੂਜਾ ਕਰਦਾ ਹੈ। ਹਰ ਹਰ ਜਨ ਕੈ ਮਾਲ ਖਜ਼ੀਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਵੀ ਵਾਹਿਗੁਰੂ ਦੇ ਜਨ ਦੇ ਲਈ ਮਾਲ ਤੇ ਖਜ਼ਾਨਾ ਬਣ ਜਾਂਦਾ ਹੈ। ਹਰ ਧਨ ਜਨ ਕੋ ਆਪ ਪ੍ਰਭ ਦੀਨਾ। ਲੋ ਹਜ਼ੂਰ ਕਹਿੰਦੇ ਨੇ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ, ਜਨ ਕਉ ਦਾ ਅਰਥ ਹੈ ਜਨ ਨੂੰ, ਅਕਾਲ ਪੁਰਖ ਵਾਹਿਗੁਰੂ ਨੇ ਆਪ ਦਿੱਤਾ ਹੈ। ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਵੀ ਤਾਂ ਇੱਕ ਧਨ ਹੈ ਨਾ, ਬਲਕਿ ਇਸ ਨਾਮ ਦੇ ਬਾਰੇ ਲਿਖਿਆ ਹੈ, ਹਰ ਨਾਮ ਧਨ ਨਿਰਮਲ ਅਤੇ ਅਪਾਰਾ, ਗੁਰ ਕਾ ਸ਼ਬਦ ਪਰੇ ਭੰਡਾਰਾ। ਨਾਮ ਸਭ ਤੋਂ ਉੱਤਮ ਧਨ ਹੈ। ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਵੀ ਵਾਹਿਗੁਰੂ ਦੇ ਜਨ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਇਹ ਨਾਮ ਦਾ ਧਨ ਬਖਸ਼ਿਸ਼ ਕੀਤਾ ਹੈ। ਹਰ ਹਰ ਜਨ ਕੈ ਓਟ ਸੁਤਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਉਹਨਾਂ ਜਨਾਂ ਦੇ ਲਈ ਸੁਤਾਣੀ ਦਾ ਅਰਥ ਹੈ ਬਹੁਤ ਬਲ ਵਾਲੀ ਬੜੀ ਸ਼ਕਤੀਸ਼ਾਲੀ ਓਟ ਹੈ। ਜਿਵੇਂ ਕੋਈ ਆਪਣੀ ਰੱਖਿਆ ਦੇ ਵਾਸਤੇ ਕੋਈ ਕਿਲ੍ਹਾ ਬਣਾਉਂਦਾ ਹੈ, ਕੋਈ ਨਹਿਰ ਪੱਟਦਾ ਹੈ ਅਤੇ ਕੋਈ ਹੋਰ ਬੁਲਟ ਪਰੂਫ ਪਹਿਨਦਾ ਹੈ, ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਜਨ ਦੇ ਲਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਇੱਕ ਸ਼ਕਤੀਸ਼ਾਲੀ ਓਟ ਹੁੰਦੀ ਹੈ। ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਦਾ ਸਦਕਾ ਅਤੇ ਵਾਹਿਗੁਰੂ ਦੇ ਜਨ ਦਾਸ ਨੇ ਹੋਰ ਕੋਈ ਦੂਸਰੀ ਗੱਲ ਜਾਣੀ ਹੀ ਨਹੀਂ ਹੈ। ਭਾਵ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਜਾਂਦਾ ਹੀ ਨਹੀਂ, ਨਾ ਉਹ ਕਿਸੇ ਦੀ ਪਰਵਾਹ ਕਰਦੇ ਨੇ, ਨਾ ਹੀ ਕਿਸੇ ਦੀ ਕਾਨ ਕਨੌੜ ਮੰਨਦੇ ਹਨ। ਪੋਤ ਪੋਤ ਜਨ ਹਰ ਰਸ ਰਾਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਵਾਹਿਗੁਰੂ ਦੇ ਜਨ ਦਾਸ ਨੇ, ਓਤ ਪੋਤ ਦਾ ਅਰਥ ਹੈ ਤਾਣੇ ਪੇਟੇ ਵਾਂਗ, ਉਹ ਵਾਹਿਗੁਰੂ ਦੇ ਨਾਮ ਰਸ ਵਿੱਚ ਹੀ ਮਸਤ ਰਹਿੰਦੇ ਹਨ। ਸੁਨ ਸਮਾਧ ਨਾਮ ਰਸ ਮਾਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਰਸ ਵਿੱਚ ਮਸਤ ਰਹਿੰਦਿਆਂ ਹੋਇਆਂ ਸੁਨ ਸਮਾਧ ਉਹਨਾਂ ਦੀ ਅਪੁਰ ਸਮਾਧੀ ਵੀ ਲੱਗ ਜਾਂਦੀ ਹੈ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਜਦੋਂ ਨਾਮ ਜਪਦਿਆਂ ਜਪਦਿਆਂ ਨਾਮ ਰਸ ਦੇ ਵਿੱਚ ਮਗਨ ਹੋ ਜਾਂਦੇ ਨੇ, ਫਿਰ ਮਨ ਦੇ ਸਾਰੇ ਫੁਰਨੇ ਵੀ ਸ਼ਾਂਤ ਹੋ ਜਾਂਦੇ ਹਨ ਅਤੇ ਅਪੁਰ ਸਮਾਧੀ ਨਿਰਵਿਕਲਪ ਸਮਾਧੀ ਲੱਗ ਜਾਂਦੀ ਹੈ। ਆਠ ਪਹਿਰ ਜਨ ਹਰ ਹਰ ਜਪੈ। ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜਾ ਵਾਹਿਗੁਰੂ ਦਾ ਜਨ ਦਾਸ ਹੈ ਉਹ ਤਾਂ ਅੱਠੇ ਪਹਿਰ ਹੀ ਵਾਹਿਗੁਰੂ 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 ਨਾਮ ਨੂੰ ਜਪਦਾ ਰਹਿੰਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਲੋ ਹਜ਼ੂਰ ਕਹਿੰਦੇ ਨੇ ਨਾਮ ਦਾ ਸਦਕਾ ਵਾਹਿਗੁਰੂ ਦਾ ਭਗਤ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਨਹੀਂ ਛਪੈ, ਕਦੇ ਛਪ ਨਹੀਂ ਸਕਦਾ। ਜਿਵੇਂ ਭਗਤ ਜੀ ਨੇ ਲਿਖਿਆ ਹੈ, ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੈ ਲੁਕਾਈ। ਜੇ ਕੋਈ ਰਤਨ ਨੂੰ ਲੁਕਾ ਕੇ ਰੱਖਣਾ ਚਾਹੇ ਤਾਂ ਜਿਹੜਾ ਰਤਨ ਹੈ
उहदे विच प्रकाश हुंदा है, उहदे विच चमक हुंदी है। वह अपनी चमक नाल अपने गुण दे नाल अपने आप ही प्रगट हो जांदा है। भाई गुरदास जी ने एक होर भी दृष्टांत दिता है, जाए लह गुड़ कीड़ियां रखै रखण हार लुकाई। भी जे कोई गुड़ नूं लुको के रख देवे ना, आम तौर पर आप इंडिया दे विच देखते हैं इत्थे भी मिठी चीज़ नूं आपां डब्बियां विच बंद करके रखते हैं, लुको के रखते हैं। कुछ तो यह भी कारण होंदा भी बच्चे मिठा वधेरे खांदे ने, फिर पौड़ियां पौड़े फिणसियां निकलदे ने, उन्हां तों बचा के रखना पैंदा। तो कुछ जिहड़े कीड़े मकौड़े ने उन्हां तों भी आपां बचा के रखण की कोशिश करदे हां। पर भाई साहब भाई गुरदास जी कहिंदे ने जिन्ना मर्जी कोई गुड़ लुका के रख लवे तो कीड़े गुड़ नूं भाल ही लैंदे ने, उन्हां नूं उहदी उह स्मेल आ जाती, जिथे गुड़ मिठा रखिया हो उत्थे कीड़ियां पहुँच ही जांदियां, ये कुदरती गल है। तो तीजा उन्होंने ये भी आख्या है, तन धरती विच दबिया मस्तक परवाणा। पुराने समय विच लोकी तन नूं धरती हेठां दब के रखते सन, पर जिहदे कोले तन हुंदा सी उन्हां दे मत्थे ते कुछ वक्खरी जी ही एक खुशी ते मस्ती हुंदी है, क्योंकि माया दी भी एक मस्ती है, माया दी भी एक खुशी हुंदी है ना। ते चाहे किन्ना भी आदमी अपनी माया नूं लुका के रखे ना, तो उहदे मत्थे तों पता लग ही जांदा, सियाणे पुरश अंदाजा ला ही लैंदे ने भी इहदे कोले माया है। इसे तरह सतगुरु कहिंदे ने भी जिन्हां दे कोले वाहिगुरु दा नाम रूपी रतन हुंदा है, हर का भगत प्रगट नहीं छपै, वह वाहिगुरु का भगत सारे संसार विच प्रगट हो जाता है, किसी तरह भी छप नहीं सकता। हर की भगत मुक्त बहु करे। लो हजूर कहिंदे ने वाहिगुरु की भगती ने एक नहीं दो नहीं बहुत सारे जिहड़े कोई भगती करन वाले लोग ने मुक्त कर दिते हैं। नानक जन संग केते तरे। साहिब सतगुरु सच्चे पातशाह फरमाउंदे ने भाई ऐसे जन महापुरखां दी संगत करके होर किन्ने संसारी कलयुगी जीव भी तर गए हैं। पार जात एहो हर को नाम। लोहण साहिब सतगुरु सच्चे पातशाह फिर हुण नाम दे नाल कीर्तन ते कथा दी भी महिमा उचारण करदे हैं। पार जात एहो हर को नाम, सतगुरु कहिंदे ने भाई ये जिहड़ा वाहिगुरु का नाम है ये एक पार जात कालो बिरश है, एक स्वर्ग का रुख है, क्योंकि जिहड़ा स्वर्ग दे विच कालो बिरश है उहदी ये एक तारीफ लिखी हुई है। उस कालो बिरश दे कोल जाके आदमी कोई भी कल्पना करे कोई भी इच्छा करे उस वेले पूरी हो जाती है। हजूर कहिंदे ने भी वाहिगुरू का नाम ही ये कालो बिरश है, तुसी कोई भी इच्छा लैके वाहिगुरु का नाम जपो, नाम थोड़ी हर इच्छा नू पूरी कर देवेगा। काम तेन हर हर गुण गाम। एक काम तेन गऊ है, ये भी स्वर्ग दे विच ही मन्नी हुई है, उहदी भी यही एक वड्डी सिफत है। कहिंदे काम तेन सब कामना पूरियां कर देंदी है, जिन्हें ऋषि मुनि ने वो काम तेन द्वारा ही अपनिया कामना पूरियां करते ने। हजूर कहिंदे ने काम तेन हर हर गुण गाम, भई तुसी उस वाहिगुरु परमेश्वर दे गुण गाओ ते यही एक काम तेन है। वाहिगुरु का नाम कालो बिरश है, ते जिहड़ा वाहिगुरु परमेश्वर का कीर्तन है ये मानो एक काम तेन है। सबते उत्तम हर की कथा। लो हजूर कहिंदे ने भाई जिहड़ी वाहिगुरु की कथा है ये सब तो उत्तम है। दुनिया में साधन तो होर भी बड़े ने, पर जिहड़ी वाहिगुरु की कथा है जो गुरबाणी द्वारा आप संगतां सरवण कर रहे हो, ये जिहड़ी वाहिगुरु की कथा है ये भी सारे साधना दे नालों ते सारे पदार्थां नालों उत्तम है सर्वोत्तम है। नाम सुनत दर्द दुख लथा। लो हजूर कहिंदे ने भी वाहिगुरु का नाम सुनदिया होया ये सारा ही दुख ते दर्द लै गया है, अथवा दुख भी ते दर्द का अर्थ है दलिद्र। भी वाहिगुरु परमेश्वर का नाम सुन के ते दुख दलिद्र साडा सारा लै गया है। नाम की महिमा संत रिद वसै। लो हजूर कहिंदे ने भाई असली जिहड़ी वाहिगुरु दे नाम की महिमा है वह संतां दे हिरदे विच वसदी है। इहदा मतलब यह है भी नाम बहुत कीमती है, नाम वर्गा होर कोई अमोलक पदार्थ नहीं हो सकता, पर इसकी असली जिहड़ी कीमत है महापुरखां दे हिरदे विच ही हुंदी है। जिमें हीरे मोतियां की कीमत का पता जौहरियां दे मन दिल नूं लगता है,
हर आदमी हीरे मोतियां दी कीमत किवें जान सकदा नहीं जान सकदा। इस तरह नाम की महिमा भी महापुरखां दे हिरदे विच वसदी है। संत प्रताप दुरत सब नसै, ते उना संतां दी कृपा दे नाल उना संतां दे प्रताप दा सदका दुरत सब नसै। दुरत दा अर्थ है जिन्ने पाप ने उह सारे दे सारे नाश हो जांदे हन। संत का संग वडभागी पाई है। लो हजूर कहिंदे ने हुण इत्थे संत शब्द सतगुरु दा वाचक है भी ऐसे संत सतगुरु दा संग वड्डियां भागां दे नाल प्राप्त करीदा है। संत की सेवा नाम ते आई है, ते भई संत सतगुरु दी सेवा करके ही अगे नाम ते आईदा है। इहदा मतलब ए है पहला तो सतगुरु का मिलाप ही वड्डियां भागां दे नाल हुंदा है, फिर सतगुरु की सेवा करके ते फिर नाम सिमरन की दात प्राप्त हुंदी है। नाम तुल कछ अवर ना होए। धन गुरु अर्जन देव महाराज सच्चे पातशाह कहिंदे ने भाई नाम दे तुल बराबर होर कुछ भी नहीं हो सकता, चाहे दुनिया विच किन्ने भी साधन ने पर उस वाहिगुरु परमेश्वर दे नाम दे तुल नहीं हो सकदे। नानक गुरमुख नाम पावै जन कोए। धन गुरु अर्जन दे महाराज सच्चे पातशाह फरमाउंदे ने भाई उस नाम नूं भई नानक गुरमुख नाम पावै जन कोए, उस वाहिगुरु परमेश्वर दे नाम नूं कोई विरला ही जन गुरु गुरमुख दा अर्थ है भी गुरु दी कृपा द्वारा प्राप्त करदा है, क्योंकि किन्नी दुनिया है किन्ने एक नाम जपते ने किन्ने गुरु वाले बनते ने विरले ही हैं ना, हैन विरले नाही कणे फैल फकड़ संसार। हजूर कहिंदे ने नानक गुरमुख नाम पावे जन कोई भी कोई कोई विरला ही जन दास गुरु द्वारा उस वाहिगुरु के नाम नू प्राप्त करता है। ते जिहड़ा पाई गुरु की दसी रहत मर्यादा के अनुसार वाहिगुरु के नाम नू प्राप्त कर लैंदा है ते फिर उस नाम की कमाई करता है ते उसनों पूर्वोकत सारे फल भी प्राप्त हो जाते हैं, क्योंकि नाम वर्गी होर कोई भगती नहीं, नाम वर्गा होर कोई साधन भी नहीं, ते नाम वर्गा होर कोई दुनिया विच पदार्थ भी नहीं है। इसलिए साहिब सतगुरु सच्चे पातशाह ने हुण अगे जिहड़ी तीजा श्लोक ते तीजी अष्टपदी आरंभ होनी है उहदे विच सतगुरु ने बाकी साधना दे मुकाबले ते वाहिगुरु दे नाम दी महिमा प्रगट कीती है। सो साहिब सतगुरु सच्चे पातशाह मेहर करन जो पावन पवित्र नाम दी महिमा सानू सरवण करवाई है, ओ नाम गुरबाणी दा उपदेश साडे हिरदे विच वसे ते इहदे नाल ही साडे जीवन दी सफलता होवेगी। सो सब संगतां दा हार्दिक धन्नवाद, होइयां भुल्लां चुकां लई खिमा करना। नाम तुल कछ अवर ना होए, नानक गुरमुख नाम पावै जन कोए। वाहिगुरु जी का खालसा, वाहिगुरु जी की फतेह।